어디에 빠지라. 아 기호야. 아기 죽기 사이. हाँ जी, सत श्री अकाल जी। मैं तुहाडा अपना बिपन जोशी। सो ये तुहाडा अपना प्रोग्राम, बच्चों का प्रोग्राम, फैमिली प्रोग्राम। शो का नाम जिहड़ा हैगा, पहला सारे बच्चे बोलणगे, बेटा शो का नाम है, हाँ जी शो का नाम है अद्धी छुट्टी सारी। सो अज असी फरीदकोट डिस्ट्रिक्ट दे विच आए हुए हैं जी। सो पिंड का नाम हैगा भाणा। सो स्कूल का नाम पहला सारे बच्चे बोलणगे, फिर मैं बोलूँ। बेटा स्कूल का नाम है, ਥੋੜ੍ਹਾ ਸਕੂਲ ਪਿੱਛੇ ਸੀਗਾ, ਇੱਧਰੋਂ ਲੇਟ ਹੋ ਗਏ ਕੰਮ। ਸੋ ਹਾਂਜੀ, ਸਕੂਲ ਦਾ ਨਾਮ ਹੈਗਾ ਦਸ਼ਮੇਸ਼ ਕਾਨਵੈਂਟ ਸਕੂਲ ਭਾਣਾ, ਡਿਸਟ੍ਰਿਕਟ ਪੈਂਦੀ ਹੈ ਫਰੀਦਕੋਟ। ਸੋ ਬੱਚੇ ਬੜੇ ਪਿਆਰੇ ਨੇ, ਬਿਲਡਿੰਗ ਬਹੁਤ ਸੋਹਣੀ ਹੈ। ਸੋ ਬੇਟਾ ਜ਼ੋਰਦਾਰ ਤਾੜੀ ਇੱਕ ਵਾਰੀ ਸਕੂਲ ਲਈ। ਆਪਾਂ ਇੱਕ ਇੱਕ ਕਰਕੇ ਸਾਰੇ ਬੱਚਿਆਂ ਨੂੰ ਇੱਥੇ ਬੁਲਾਵਾਂਗੇ, ਜਿਹੜੇ ਬੱਚਿਆਂ ਨੇ ਪਰਫੋਰਮੈਂਸ ਕਰਨੀ ਹੋਈ, ਕੋਈ ਗਾਣਾ ਸੁਣਾਉਣਾ ਹੋਇਆ, ਕੋਈ ਮਸਤੀ ਕਰਨੀ ਹੋਈ, ਇੰਜੋਏ ਕਰਨਾ ਹੋਇਆ। ਅੱਜ ਦਾ ਦਿਨ ਸਾਰੇ ਬੱਚਿਆਂ ਨੇ ਇੰਜੋਏ ਕਰਨਾ, ਮਸਤੀ ਕਰਨਾ, ਕੱਲ੍ਹ ਤੋਂ ਫਿਰ ਪੜ੍ਹਾਈ ਕਰਨੀ ਆਪਾਂ ਨੇ, ਠੀਕ ਹੈ। ਸੋ ਅੱਜ ਇੰਜੋਏ ਕਰਨਾ, ਤੁਹਾਨੂੰ ਕੋਈ ਵੀ ਟੀਚਰਸ ਕੁਛ ਨਹੀਂ ਕਹਿਣਗੇ, ਮਸਤੀ ਹੈ ਪੂਰੀ ਅੱਜ। ਅੱਧੀ ਛੁੱਟੀ ਸਾਰੀ ਤੁਹਾਡੇ ਵਾਸਤੇ ਹੈ, ਸਕੂਲਾਂ ਦੇ ਵਿੱਚ ਆ ਕੇ ਬੱਚਿਆਂ ਨੂੰ ਮਸਤੀ ਕਰਾਉਣਾ, ਅੱਧੀ ਛੁੱਟੀ ਸਾਰੀ ਦਾ ਨਾਮ ਹੈ ਉਹ। ਸੋ ਹਾਂਜੀ, ਸਭ ਤੋਂ ਪਹਿਲਾਂ ਬੱਚਾ ਭਰਾ ਸਾਡੇ ਆਉਣਗੇ, ਜ਼ੋਰਦਾਰ ਤਾੜੀ ਇਹਨਾਂ ਲਈ। ਕੀ ਨਾਮ ਆ ਤੁਹਾਡਾ? ਕੁਸ਼ਲਦੀਪ ਸਿੰਘ। ਮਾਈਕ ਉੱਪਰ ਕਰ ਲਓ ਕੁਸ਼ਲ ਜੀ। ਹਾਂਜੀ ਕੁਸ਼ਲ, ਓਕੇ। ਤੁਹਾਡਾ ਨਾਮ? ਜਸ਼ਨਦੀਪ ਸਿੰਘ ਜੀ। ਜਸ਼ਨਦੀਪ ਸਿੰਘ, ਕੀ ਕਰਕੇ ਦਿਖਾਓਗੇ ਹੁਣ ਤੁਸੀਂ? ਕਵਿਸ਼ਰੀ ਗਾਣਾ। ਚਲੋ ਪਹਿਲਾਂ ਕਵਿਸ਼ਰੀ ਸੁਣਦੇ, ਫਿਰ ਗੱਲਬਾਤ ਕਰਾਂਗੇ ਆਪਾਂ, ਠੀਕ ਹੈ। ਇੱਕ ਪਿੰਡ ਬੈਠੇ ਸੱਥਰ ਤੇ ਜੁੜੀਆਂ, ਅੱਠ ਨੌ ਬਿਰਦ ਉਮਰ ਦੀਆਂ ਬੁੜੀਆਂ, ਪਹਿਲੀ ਕਹੇ ਘੁਮਾ ਕੇ ਆਨੇ, ਭੈਣੋ ਆ ਗਏ ਨਵੇਂ ਜਮਾਨੇ, ਚਿੱਤ ਨਹੀਂ ਕਰਦਾ ਬੋਲਣ ਨੂੰ, ਚੰਦਰੇ ਕਰਦਾ ਸਾਕ ਕਰਾਤਾ, ਮਾਰੂ ਸਬਰ ਵਿਚੋਲਣ ਨੂੰ। ਨਾਸ਼ਤਾ ਸੁਬਾਹ ਦੁਪਹਿਰੇ ਖਾਣਾ, ਦੋ ਤਿੰਨ ਵਾਰ ਬਦਲਦੀ ਬਾਣਾ, ਜੇਕਰ ਮੈਂ ਉਹਨੂੰ ਕੁਝ ਕਹਿੰਦੀ, ਹਲਕੀ ਗਿੱਦੜੀ ਵਾਂਗੂ ਪੈਂਦੀ, ਖੜੀ ਜਮਾਵੇ ਧੜੀਆਂ ਨੂੰ, ਅਨਪੜ੍ਹ ਸੱਸਾਂ ਨਿੰਦਣ ਨੋਹਾਂ ਲਿਖੀਆਂ ਪੜੀਆਂ ਨੂੰ, ਦੂਜੀ ਸੱਸ ਸ਼ਿਕਾਇਤਾਂ ਲਾਵੇ, ਮੇਰੀ ਨੋ ਬਾਲਾ ਕੁਝ ਖਾਵੇ, ਰੱਖਦੀ ਮੈਂ ਲੇਖਾ ਪਲ ਪਲ ਦਾ, ਉਹਦਾ ਮੂੰਹ ਚੜਦੇ ਦਾ ਚੜਦਾ, ਦੰਦ ਪਦਾਰਥ ਡੁੰਗਦੇ ਐ, ਪਤਾ ਨਹੀਂ ਕੀ ਉਹਨੂੰ ਕੁੜੇ ਕਤੂਰੇ ਚੰਗਦੇ ਐ। 25-26 ਫੁਲਕੇ ਪਤਲੇ, ਡੋਂਗਾ ਖੁਸ਼ਕ ਮੀਟ ਦਾ ਕਤਲੇ, ਖਾਂਦੀ ਫੁੱਲ ਪਲੇਟ ਸਲਾਦ ਐ, ਲੈਂਦੀ ਖਾ ਖਾ ਬੜਾ ਸਵਾਦ ਐ, ਅੰਮ੍ਰਿਤ ਸਰਦੀਆਂ ਵੜੀਆਂ ਨੂੰ, ਅਨਪੜ੍ਹ ਸੱਸਾਂ ਨਿੰਦਣ ਨੋਹਾਂ ਲਿਖੀਆਂ ਪੜੀਆਂ ਨੂੰ। ਵਾਹ ਜੀ ਵਾਹ, ਕਿਆ ਬਾਤ ਹੈ। ਅਨਪੜ੍ਹ ਸੱਸਾਂ ਨਿੰਦਣ ਨੂੰਹਾਂ ਪੜ੍ਹੀਆਂ ਲਿਖੀਆਂ ਨੂੰ। ਸੋ ਗੱਲ ਸੋਹਣੀ ਹੈ, ਪਰ ਹੋ ਸਕਦਾ ਇਹਨਾਂ ਦੇ ਹਿਸਾਬ ਨਾਲ ਸਹੀ ਹੋਵੇ, ਕਿਸੇ ਹਿਸਾਬ ਨਾਲ ਸਹੀ ਨਾ ਹੋਵੇ, ਹੈ ਨਾ। ਕਿਉਂਕਿ ਜਿਹੜੇ ਸੱਸਾਂ ਇਹ ਪ੍ਰੋਗਰਾਮ ਦੇਖ ਰਹੀਆਂ ਹੋਣਗੀਆਂ, ਉਹ ਇਹਨਾਂ ਨੂੰ ਗਾਲਾਂ ਕੱਢ ਰਹੀਆਂ ਹੋਣਗੀਆਂ, ਹੈ ਨਾ, ਵੀ ਲੈ ਦੇਖ ਲਾ ਕੇ ਮੇਲ ਲੜਾਉਂਦੇ ਨੇ ਸੱਸ ਨੂੰਹਾਂ ਨੂੰ, ਹੈ ਨਾ। ਹੁਣ ਜਿਹੜੀਆਂ ਨੂੰਹਾਂ ਹੋਣਗੀਆਂ, ਉਹ ਮਤਲਬ ਵਧੀਆ ਗੱਲ ਕਹਿਣਗੀਆਂ ਨਾ, ਵੀ ਕਿਆ ਬਾਤ ਆ, ਸਾਡੇ ਫੇਵਰ 'ਚ ਆਈ ਹੈ ਗੱਲਬਾਤ, ਹੈ ਨਾ। ਵੀ ਪੜ੍ਹੀਆਂ ਲਿਖੀਆਂ ਨੂੰਹਾਂ ਸੱਸਾਂ ਨਾਲ ਜਿਹੜੀਆਂ ਲੜਦੀਆਂ ਨਹੀਂ ਹੈਗੀਆਂ, ਸੱਸਾਂ ਕਹੀਏ ਨੇ ਲੜਦੀਆਂ ਨੇ, ਹੈ ਨਾ। ਕਿਹਨੇ ਤਿਆਰ ਕਰਾਈ ਸੀ ਇੱਕ ਵਿਸ਼ਰੀ? ਰੁਪਿੰਦਰ ਸਰ ਨੇ। ਰੁਪਿੰਦਰ ਸਰ ਨੇ, ਹੈਂ। ਰੁਪਿੰਦਰ ਸਰ ਲਈ ਪਹਿਲਾਂ ਜ਼ੋਰਦਾਰ ਤਾੜੀਆਂ, ਬਹੁਤ ਸੋਹਣੀ ਵਿਸ਼ਰੀ। ਵੱਡੇ ਹੋ ਕੇ ਕੀ ਸੋਚਿਆ ਜ਼ਿੰਦਗੀ 'ਚ? ਫਿਲਹਾਲ ਤਾਂ ਹੀ ਬਾਹਰ ਦਾ ਹੀ। ਸਕੂਲ ਤੋਂ ਬਾਹਰ ਦਾ? ਹਾਂ, ਸਕੂਲ ਤੋਂ ਬਾਹਰ ਦਾ ਨਹੀਂ। ਹਾਂ, ਫੋਰਨ ਕੰਟਰੀ। ਫੋਰਨ ਕੰਟਰੀ, ਕਿਹੜੀ ਕੰਟਰੀ? ਕੈਨੇਡਾ ਹੀ। ਉੱਥੇ ਜਾ ਕੇ ਇਹ ਦੱਸ, ਉੱਥੇ ਜਾ ਕੇ ਵੀ ਦੇਖ ਲਾਂਗੇ ਜੀ। ਲੈ, ਉੱਥੇ ਜਾ ਕੇ ਵੀ ਦੇਖਣਾ ਹੀ ਹੈ, ਇੱਥੇ ਕਹਿੰਦਾ ਦੇਖ ਲਾਂਗੇ ਜੀ, ਬਾਹਰ ਦੇਖ ਲਾਂਗੇ ਜੀ, ਬਾਹਰ ਜਾ ਕੇ ਬਾਹਰ ਦੇਖ ਲਾਂਗੇ ਜੀ, ਦੇਖਣਾ ਕੀ ਇਹੋ ਜਿਹਾ ਬਾਹਰ ਜਾ ਕੇ? ਸਿੰਗਿੰਗ ਦਾ ਹੀ। ਸਿੰਗਿੰਗ, ਚਲੋ ਵਧੀਆ ਗੱਲ, ਵਧੀਆ ਗੱਲ। ਸਿੰਗਰ, ਸਾਡੇ ਸਿੰਗਰ ਨੇ ਜਿਹੜੇ ਜ਼ਿਆਦਾਤਰ ਕੈਨੇਡਾ ਜਾ ਕੇ ਸੋਹਣੇ ਗਾਣੇ ਗਾਉਂਦੇ ਨੇ, ਸੋ ਭਰਾ ਵੀ ਵਧੀਆ ਗਾਣੇ ਗਾਵੇ। ਤੁਸੀਂ ਵੱਡੇ ਹੋ ਕੇ ਕੀ ਕਰਨਾ? ਮੈਂ ਤਾਂ ਸੋਚਿਆ ਨਹੀਂ, ਮੈਂ ਸੋਚਿਆ ਨਹੀਂ, ਮੈਂ ਤਾਂ ਇੰਨਾ ਟਾਈਮ ਹੀ ਨਹੀਂ ਹੈਗਾ ਕਿਤੇ। ਫਿਰ ਵੀ ਮਾੜਾ ਮੋਟਾ ਸ਼ੌਂਕ ਕੀ ਨੇ? ਗਾਉਣ ਦਾ ਹੀ। ਗਾਉਣ ਦਾ? ਹੋਰ ਹੋਰ ਕੁਛ ਨਹੀਂ, ਘਰ ਦੇ ਕੰਮ ਕਰਦੇ ਹੁੰਦੇ ਹੋ? ਝਾੜੂ ਪੋਚਾ ਕਰ ਲਈਦਾ। ਇਹ ਮਤਲਬ ਇਹਨੂੰ ਐਂ ਲੱਗਿਆ ਵੀ ਕੁਛ ਤਾਂ ਕਹਿਣਾ ਹੀ ਆ, ਵੀ ਐਂ ਕਹਿ ਦਿਓ, ਹੈ ਨਾ, ਕਿਉਂਕਿ ਝਾੜੂ ਪੋਚਾ ਹਰੇਕ ਘਰ 'ਚ ਹੁੰਦਾ ਹੀ ਹੈ। ਝਾੜੂ ਪੋਚਣਾ ਵੀ ਨਹੀਂ ਹੈਗਾ ਤੂੰ, ਇਹ ਤਾਂ ਬੋਲ ਰਿਹਾ ਝੂਠ। ਨਹੀਂ, ਲਾ ਲਈਦੇ। ਕਿੰਨੇ ਭੈਣ ਭਰਾ ਤੁਸੀਂ? ਦੋ ਭਰਾ ਹੈ। ਭਰਾ ਵੱਡਾ ਕਿ ਛੋਟਾ? ਵੱਡਾ ਹੀ। ਉਹ ਪੜ੍ਹਦਾ ਕਿ ਕੀ ਕਰਦੇ? ਪੜ੍ਹਦੇ। ਕਿੱਥੇ? ਦਸਵੀਂ 'ਚ ਇੱਥੇ। ਲਾਏ, ਕੀ ਨਾਮ ਹੈ?
ਅਨਮੋਲ ਅਨਮੋਲ ਭਰਾ ਕਿੱਥੇ ਹੈ? ਆਈ ਫਿਰ ਮਾੜਾ ਜਿਹਾ ਇਹਦੇ ਲਾਈਏ ਪੁੱਛੇ ਆਪਾਂ ਮਾੜਾ ਜਿਹਾ, ਹੁਣ ਲੱਗੂ ਤੇਰਾ ਪਤਾ। ਤੁਸੀਂ ਮਤਲਬ ਏ ਸੀ ਦੇ ਹੱਥ ਰੱਖ ਕੇ ਸੌਂਹ ਖਾਓ, ਜਿਵੇਂ ਫਿਲਮਾਂ 'ਚ ਖਾਂਦੇ ਹੁੰਦੇ ਨੇ ਵੀ ਜੋ ਕਹੂੰਗਾ ਸੱਚ ਕਹੂੰਗਾ, ਸੱਚ ਤੋਂ ਸਿਵਾ ਕੁਛ ਨਹੀਂ ਕਹੂੰਗਾ। ਕਹਿ ਜੋ ਕਹੂੰਗਾ ਸੱਚ ਕਹੂੰਗਾ, ਸੱਚ ਤੋਂ ਇਲਾਵਾ ਕੁਛ ਨਹੀਂ ਕਹੂੰਗਾ। ਵੈਰੀ ਗੁੱਡ, ਆਹ ਸੋਹਣੀ ਗੱਲ ਬਣੀ ਨਾ। ਹੁਣ ਇਹ ਦੱਸੋ, ਘਰ 'ਚ ਇਹ ਝਾੜੂ ਪੋਚਾ ਕਰਦਾ ਹੁੰਦਾ? ਹਾਂਜੀ ਕਰ ਲੈਂਦਾ। ਮਾਈਕ ਉੱਪਰ ਕਰੋ। ਕਰ ਲੈਂਦਾ ਜੀ। ਰੋਜ਼ ਕਰਦਾ ਕਿ ਕਦੇ ਕਦੇ ਮੌਕਾ ਮਿਲਦਾ ਜਦੋਂ? ਨਹੀਂ ਛੁੱਟੀ ਵਾਲੇ ਦਿਨ ਹੀ ਕਰ ਲੈਂਦਾ। ਛੁੱਟੀ ਵਾਲੇ ਦਿਨ? ਵੈਰੀ ਗੁੱਡ। ਦੋਵਾਂ 'ਚੋਂ ਮਤਲਬ ਘਰ ਦੇ ਜ਼ਿਆਦਾ ਪਿਆਰ ਕਿਹਨੂੰ ਕਰਦੇ ਨੇ? ਇੱਕ ਜਣਾ ਹੁੰਦਾ, ਹੁਣ ਬਰਾਬਰ ਤਾਂ ਸਾਰੇ ਹੁੰਦੇ ਨੇ ਵੈਸੇ, ਪਰ ਇੱਕ ਹੁੰਦਾ ਇੱਕ ਫੇਵਰ 'ਚ ਜਾਂਦੀ ਹੁੰਦੀ ਹੈ ਗੱਲ ਜੀ, ਹੈ ਨਾ? ਕਿਹਦੇ ਕਿਹੜੀ ਜਾਂਦੀ ਹੁੰਦੀ ਜ਼ਿਆਦਾਤਰ? ਉਹ ਤੁਹਾਡੇ ਵੱਲ ਜਾਂਦੀ ਹੁੰਦੀ ਹੈ? ਹਾਂਜੀ। ਕਾਰਨ? ਪਤਾ ਨਹੀਂ, ਬਸ ਉੱਦਾਂ ਹੀ ਕਿ ਘਰਦਿਆਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਰੱਖਦੇ ਵੀ ਮੈਂ ਪਾਪਾ ਮੰਮਾ ਪਾਪਾ ਇੱਦਾਂ। ਓਕੇ ਚਲੋ, ਜ਼ੋਰਦਾਰ ਤਾੜੀਆਂ ਭਰਾਵਾਂ ਲਈ, ਪਿਆਰ ਬਣਿਆ ਰਹੇ। ਥੈਂਕ ਯੂ ਭਰਾ, ਆ ਜਾਓ। ਇਸ ਤੋਂ ਬਾਅਦ ਅਗਲਾ ਭਰਾ, ਜ਼ੋਰਦਾਰ ਤਾੜੀਆਂ, ਆ ਜਾ ਬਾਈ। ਦੇਖਿਆ ਈਸ਼ਵਰ ਵੀ ਬਹੁਤ ਵੱਡਾ ਹੁੰਦਾ ਹੈ ਨਾ, ਈਸ਼ਵਰ ਦਾ ਕੋਈ ਆਕਾਰ ਨਹੀਂ ਹੈਗਾ, ਲੱਗ ਗਿਆ ਪਤਾ, ਆਕਾਰ ਹੀ ਨਹੀਂ ਕੋਈ ਹੈਗਾ ਈਸ਼ਵਰ ਦਾ। ਈਸ਼ਵਰ ਜੀ ਕੀ ਕਰਕੇ ਦਿਖਾਓਗੇ ਤੁਸੀਂ? ਤੁਹਾਨੂੰ ਪਹੇਲੀ ਪੁੱਛਣਾ ਹੈ, ਪਹੇਲੀ? ਮੈਨੂੰ ਪਹੇਲੀ ਪੁੱਛਣਾ ਹੈ? ਚਲੋ ਪੁੱਛ ਲਓ ਪੁੱਤ, ਫਿਰ ਲੰਘ ਜਾਓ ਟਾਈਮ ਦੇ ਨਾਲ, ਹੈ ਨਾ? ਪੁੱਛ ਕੇ ਦੱਸੋ, ਬੋਲੋ। ਇੱਕ ਜਹਾਜ਼ ਵਿੱਚ 500 ਇੱਟ ਜਾ ਰਹੀ ਸੀ। ਇੱਕ ਜਹਾਜ਼ ਵਿੱਚ 500 ਇੱਟ ਜਾ ਰਹੀ ਸੀ। 500 ਇੱਟ ਜਾ ਰਹੀ ਸੀ। ਇੱਕ ਡਿੱਗ ਪਈ, ਕਿੰਨੀਆਂ ਰਹੀਆਂ? ਇੱਕ ਡਿੱਗ ਪਈ, ਕੀ ਪਿੱਛੇ ਕਿੰਨੀਆਂ ਰਹੀਆਂ? ਡਿੱਗ ਕਿੱਥੇ ਗਈ? ਮਤਲਬ ਜਹਾਜ਼ 'ਚੋਂ ਬਾਹਰ ਨਿਕਲ ਗਈ, ਉਹਦੇ 'ਚ 499 ਬਚਣਗੀਆਂ। ਇੱਕ ਫਰਿੱਜ ਵਿੱਚ ਆਪਾਂ ਹਾਥੀ ਪਾਉਣਾ, ਕਿਵੇਂ ਪਾਵਾਂਗੇ? ਹੁਣ ਉਹ ਤਾਂ ਐਂ ਕਰੋ, ਫਰਿੱਜ ਲਿਆਓ, ਹਾਥੀ ਮੇਰੇ ਕੋਲ ਹੈਗਾ। ਸਕੂਲ ਵਾਲੇ ਇੰਨਾ ਕੁ ਕਰ ਲੈਣ ਵੀ ਫਰਿੱਜ ਦਾ ਇੰਤਜ਼ਾਮ ਕਰਾ ਦੇਣਾ, ਡੀ ਫਰਿੱਜ ਹੁੰਦਾ ਜਿਹੜਾ ਦੂਜਾ, ਹੈ ਨਾ? ਹਾਥੀ ਮੈਂ ਪਾ ਕੇ ਦਿਖਾਊਂ ਫਿਰ ਤੁਹਾਨੂੰ, ਕਹਾਵਤ ਸੱਚ ਕਰਕੇ ਦਿਖਾਊਂ ਤੁਹਾਨੂੰ ਮੈਂ। ਵੱਡਾ ਹੋ ਕੇ ਕੀ ਬਣਨਾ ਆਪਾਂ ਨੇ? ਮੈਂ ਹੀ ਵੇਖ ਲਾਂਗੇ ਜਿਹੜਾ ਕੱਪ ਬਣਦਾ ਹੋਇਆ। ਫਿਰ ਵੀ ਐਂ ਕੀ ਬਣੇ, ਉਹ ਗੁਲਾਬ ਦਾ ਫੁੱਲ ਬਣੇਗਾ ਵੀ? ਮਤਲਬ ਸੋਚਿਆ ਤਾਂ ਹੋਣਾ ਕੁਛ, ਐਡਿਡ ਤਕੜੇ ਸਕੂਲ 'ਚ ਪੜ੍ਹ ਰਿਹਾ ਤੂੰ, ਦਸ਼ਮੇਸ਼ ਕੌਨਵੈਂਟ ਦਾ ਐਡਾ ਨਾਮ ਹੈ, ਹੈ ਨਾ? ਕੀ ਸੋਚਿਆ ਜ਼ਿੰਦਗੀ 'ਚ? ਇੰਜੀਨੀਅਰ ਬਣ। ਇੰਜੀਨੀਅਰ? ਉਹ ਵੀ ਫਿਰ ਜਹਾਜ਼ ਬਣਾਉਣ ਵਾਲਾ ਬਣ ਜੀ, ਠੀਕ ਹੈ? ਪਾਇਲਟ ਨਾਲ ਗੱਲਬਾਤ ਕਰ ਲਈ, ਉਹਨੂੰ ਪੁੱਛੀ ਫਿਰ ਥੱਲੇ ਡੇਗ ਲਈ, ਇੱਟ ਕਿਉਂ ਡੇਗੀ ਤੈਨੇ ਥੱਲੇ, ਹੈ ਨਾ? ਸੋ ਤਾੜੀਆਂ ਲਓ ਭਰਾ ਲਈ, ਥੈਂਕ ਯੂ, ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ। ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਕਮਲਜੀਤ ਕੌਰ। ਕਮਲਜੀਤ, ਤੁਹਾਡਾ? ਜਸ਼ਨਵੀਰ ਕੌਰ। ਜਸ਼ਨ, ਤੁਹਾਡਾ? ਨਵਜੋਤ ਕੌਰ। ਓਕੇ, ਤੁਹਾਡਾ ਪਿੰਡ? ਜਗਜੋਤ ਕੌਰ। ਓਕੇ, ਤੁਸੀਂ ਭੈਣਾਂ ਦੋਏ? ਮਨਜੋਤ ਜਗਜੋਤ ਐਂ ਜੀ। ਓਕੇ, ਕੀ ਕਰਕੇ ਦਿਖਾਓਗੇ ਹੁਣ ਤੁਸੀਂ? ਅਸੀਂ ਟੱਪੇ ਗਾਉਣੇ। ਟੱਪੇ? ਹਾਂਜੀ, ਸੁਣਾਉਣੇ ਆ। ਸੁਣਾਉਣੇ ਆ, ਚਲੋ ਪਹਿਲਾਂ ਟੱਪੇ ਸੁਣਦੇ ਜੀ। ਦੋ ਗੁੱਤਾਂ ਗੁੰਦੀਆਂ ਨੇ, ਦੋ ਗੁੱਤਾਂ ਗੁੰਦੀਆਂ ਨੇ, ਦੁਨੀਆ ਤੇ ਲੱਕੜੀ ਛੱਤੇ ਪੈਣਾ ਪੈਣਾ। ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਚਾਰੇ? ਪਲੱਸ ਟੂ ਸਾਇੰਸ। ਪਲੱਸ ਟੂ 'ਚ ਸਾਇੰਸ? ਓਕੇ, ਅਤੇ ਤੁਹਾਡਾ ਲਾਸਟ ਈਅਰ ਹੈ ਸਕੂਲ 'ਚ? ਕਿੰਨਾ ਕੁ ਮਿਸ ਕਰੋਗੇ ਸਕੂਲ, ਟੀਚਰਸ, ਹੈ ਨਾ, ਸਾਰਾ ਸਟਾਫ, ਹੈ ਨਾ, ਕਿਉਂਕਿ ਤੁਹਾਨੂੰ ਬੜੇ ਪਿਆਰ ਨਾਲ ਪੜ੍ਹਾਇਆ ਉਹਨਾਂ ਨੇ, ਹੈ ਨਾ, ਇੱਥੇ ਤੱਕ ਲੈ ਕੇ ਆਏ, ਕਿੰਨਾ ਕੁ ਮਿਸ ਕਰੋਗੇ ਸਕੂਲ ਨੂੰ? ਕੋਈ ਇਹੋ ਜਿਹੀ ਮੂਵਮੈਂਟ ਜਿਹੜੀ ਤੁਹਾਨੂੰ ਮਤਲਬ ਸਾਰੀ ਉਮਰ ਕਹਿ ਸਕਦੇ ਹਾਂ ਆਪਾਂ, ਜਾਂ ਅੱਗੇ ਤੱਕ ਉਮਰ 'ਚ ਯਾਦ ਰਹੂਗੀ ਕਦੇ, ਤੁਹਾਡੀ ਪਰਸਨਲੀ ਇਕੱਲੇ ਇਕੱਲੇ ਦੀ ਤੁਹਾਡੀ ਕੋਈ ਮੂਵਮੈਂਟ ਸਕੂਲ ਨਾਲ ਕੋਈ ਇਹੋ ਜਿਹੀ? ਇੱਕ ਵਾਰੀ ਛੋਟੇ ਹੁੰਦੇ ਸੀਗੇ ਇੱਥੇ ਪੜ੍ਹਿਆ, ਅਤੇ ਇੱਕ ਮੈਡਮ ਸੀਗੇ ਉਹ ਚਲੇ ਗਏ ਪਰ ਇੱਥੋਂ। ਅੱਛਾ, ਉਹਨਾਂ ਨੇ ਸਾਨੂੰ ਕਿਹਾ ਸੀ ਸਮੋਸਾ ਲੈ ਕੇ ਆਓ ਨੀਚੋਂ ਕੰਟੀਨ ਤੋਂ। ਅਸੀਂ ਸਮੋਸਾ ਲੈਣ ਗਏ ਅਤੇ ਅੱਗੇ ਕੁੜੀਆਂ ਖੜੀਆਂ ਸੀ ਮੇਰੀ ਕਲਾਸ ਦੀਆਂ, ਉਹਨਾਂ ਨੇ ਮੈਨੂੰ ਡਰਾਇਆ ਤਾਂ ਸਮੋਸਾ ਰੋੜਦਾ ਰੋੜਦਾ ਨੀਚੇ ਰੈਂਪ ਤੋਂ ਨੀਚੇ ਡਿੱਗ ਗਿਆ। ਅੱਛਾ, ਫਿਰ? ਫਿਰ ਅਸੀਂ ਉਵੇਂ ਚੱਕ ਕੇ ਵਿੱਚ ਆ ਗਿਆ ਘਰ ਹੀ ਬੱਚੇ ਨੇ ਜੀ।
मैं भी नहीं कहा हूं अज मसाला केड़ा पाया होया है आ मसाला नवा ही देखा भी कंटीन वाले भाई नू कहो भी भाजी है भाई अच्छा ए मूवमेंट बनी गया है ना तो जो हम मैम थोड़ा कदम मिल जाए कि मतलब किसी प्रोग्राम से ब्याह शादी जन जा कि वैसे मैम दसा वो तुमने कि नहीं अज तक दसिया नहीं चल दस के देखियो फिर एक बार देखिए देखी जाओ हूँ समोसा का पुराना लंघ ही गलबात सो जोरदार ताड़िया ना भैन ली चंगा लगे गलबात करके थैंक यू भाई थैंक यू थैंक यू थैंक यू थैंक यू थैंक यू की करके दिखाओगे तुम सुहाग सुहाग ब्याहों के जो गाँव ना घोड़ियाँ सुहाग सो ठीक है सो एक टीम वो एक टीम तुम हो है ना वेरी गुड बहुत वधिया थोड़ी परफॉर्मेंस सो यह साढ़े पंजाबी कल्चर का हिस्सा है जी घोड़िया सुहाग पर अजकल तो शायद बहुत घट गया काम पहला बड़ा हुंदा सीगा मतलब साढ़े तो असी जम्मे भी नहीं जो उन्होंने टाइम उदू पहला गल्लां ने घोड़िया सुहाग जो व्याहों के टाइम गाइया जांदियां सी सो किने तैयार कराया पुत तुहानू यह घोड़िया जिहड़ा सुहाग तुसीं गाए ने आप ही प्रैपरेशन कीती कमल मैम ने हैल्प करी सी बहुत वधिया गल है ते तुसीं वड्डे होके की बनना है लॉयर वेरी गुड तुसीं पुत बाहर जाना है फॉरेन जाना है फॉरेन जाना है फॉरेन ही जाना फॉरेन जाना फॉरेन सिविल सर्वेंट सिविल फॉरेन स्टडी कंप्लीट वेरी गुड सो जिहड़े साहब नाल इत्थे दे बच्चे फॉरेन जाण नू कहंदे ने जी मैनूं लगदा जहाज थल्ले तार के पहला इट्टां आपां ही ला दांगे भाई ठीक है 500 इट्ट पई उहदे विच जगह किन्नी घेरी हुई होणी सारे बंदे वग जाणगे जोरदार ताड़ियां ना भैणां लई भण साहब नाम की है तुहाडा गुरलाल सिंह जी गुरलाल सिंह खुशविंदर खुशविंदर ओके ਤੁਸੀਂ ਕੀ ਕਰਕੇ ਦਿਖਾਓਗੇ ਹੁਣ ਸਰ ਭੰਡ ਕਰਕੇ ਦਿਖਾਵਾਂਗੇ ਭੰਡ ਪਹਿਲਾਂ ਵਿਆਹਾਂ ਦੇ ਵਿੱਚੋਂ ਹੁੰਦੇ ਹੁੰਦੇ ਸੀ ਹੈ ਨਾ ਵਿਆਹਾਂ ਦੇ ਵੇਲੇ ਵਧਾਈ ਲੈਣ ਵੇਲੇ ਹੈ ਨਾ ਉਹਨਾਂ ਟਾਈਮਾਂ 'ਚ ਆਉਂਦੇ ਹੁੰਦੇ ਸੀਗੇ ਸੋ ਕਲਚਰ ਐਕਟੀਵਿਟੀ ਹੈਗੀ ਇਹ ਵੀ ਚਲੋ ਦੇਖਦੇ ਹਾਂ ਆਪਾਂ ਇਹਨਾਂ ਦੀ ਭੰਡ ਮਰਾਸੀਆਂ ਜਿਹੜੀ ਹੈ ਪਰਫਾਰਮੈਂਸ ਹੈਗੀ ਆ ਸੋ ਹਾਂਜੀ ਬੇਟੇ ਓ ਬਸ ਕਰ ਜਾ ਭੰਡਾ ਕੱਲ ਨੂੰ ਕੰਮ ਤੇ ਵੀ ਜਾਣਾ ਹੈ ਲੈ ਫਿਰ ਸੁਣ ਫਿਰ ਮੈਨੂੰ ਸੱਦ ਲਿਆ ਭਾਣੇ ਪਿੰਡ ਵਾਲਿਆਂ ਨੇ ਗਾਉਣ ਸੱਦ ਲਿਆ ਉੱਥੇ ਉਹਾਂ ਦੇ ਛੱਲਾ ਆਉਂਦਾ ਤੈਨੂੰ ਕਿਹੜਾ ਛੱਲਾ ਮੈਂ ਕਿਹਾ ਕਹਿੰਦੇ ਗੁਰਦਾਸ ਮਾਨ ਸਾਹਿਬ ਜੀ ਦਾ ਫਿਰ ਤੂੰ ਹੀ ਕਿਹਾ ਮੈਂ ਕਿਹਾ ਉਹ ਮੇਰੇ ਨਹੀਂ ਆਉਂਦਾ ਉਹ ਛੱਲਾ ਉਹਨਾਂ ਦੀਆਂ ਉਂਗਲਾਂ ਮੋਟੀਆਂ ਤੇ ਮੇਰੀਆਂ ਪਤਲੀਆਂ ਚੱਲ ਹੁਣ ਸੁਣਾ ਫਿਰ ਕੋਈ ਸ਼ੇਰ ਸੁਣਾਵਾ ਸੁਣਾ ਮੈਂ ਵੀ ਪੰਜਾਬੀ ਤੂੰ ਵੀ ਪੰਜਾਬੀ ਮੈਂ ਵੀ ਪੰਜਾਬੀ ਤੇ ਤੂੰ ਵੀ ਪੰਜਾਬੀ ਆਪਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਨਹੀਂ ਰੋਕ ਸਕਦਾ ਜੇ ਰਾਤ ਲੰਗਰ ਨਾ ਆਵੇ ਜਾ ਓਏ ਭੰਡਾ ਚੱਲ ਸੁਣਾ ਫਿਰ ਕੋਈ ਸ਼ੇਰ ਸੁਣਾਵਾ ਸੁਣਾ ਫਿਰ मैं क्यों ढावा तेरी माजत तू क्यों ढावे मेरे मंदिर नू मैं क्यों ढावा तेरी माजत तू क्यों ढावे मेरे मंदिर नू आया दोवें बैठ के पढ़ गए एक दूजे दे अंदर नू ना को जाना तेरी माजत दा ना जाना मेरे मंदिर दा लहू ता तेरा मेरा लगना एक दूजे दे खंजर नू अल्लाह करे मैं मंदिर वांग वेखा तेरी माजत नू राम करे तू मजर वांग वेखे मेरे मंदिर नू वेखे मेरे मंदिर नू क्या बात क्या बात ਕਲਾਸ ਕਿਹੜੀ ਚ ਪੜ੍ਹਦੇ ਹੋ ਤੁਸੀਂ 10ਵੀਂ ਜੀ 10ਵੀਂ ਤੁਸੀਂ ਵੀ 10ਵੀਂ ਚ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਸ਼ਰਾਰਤ ਕਿੰਨੀ ਕਰਦੇ ਨੇ ਕਲਾਸ ਚ ਇਹ ਬਹੁਤ ਸਿਆਣੇ ਜੀ ਤੁਸੀਂ ਨਾ ਆ ਹਾਸੇ ਉਹੀ ਨਹੀਂ ਆਉਂਦੇ ਹੁੰਦੇ ਹੈਗੇ ਵੱਡਾ ਹੋ ਕੇ ਕੀ ਕਰਨਾ ਜ਼ਿੰਦਗੀ ਚ ਇਹ ਬਾਹਰ ਹੀ ਜਾਣਾ ਜੀ ਕੈਨੇਡਾ ਅਮਰੀਕਾ ਹਾਂਜੀ ਉੱਥੇ ਜਾ ਕੇ ਉੱਥੇ ਆ ਕੇ ਦੇਖਾਂਗੇ ਕੋਈ ਜੇ ਜੋਬ ਮਿਲ ਗਈ ਕੰਪਨੀ ਹੈਗੀ ਸਾਡੇ ਭੂਆ ਦੇ ਮੁੰਡੇ ਦੀ ਹੈ ਰੈਪਟਰ ਵਾਲੇ ਦੀ ਉਹਨਾਂ 'ਚ ਵੇਖਾਂਗੇ ਕੋਈ ਅਸਿਸਟੈਂਟ ਸਟੂਡੈਂਟ ਜੋਬ ਮਿਲਦੀ ਸੀ ਭੂਆ ਦੇ ਮੁੰਡੇ ਦੀ ਕੰਪਨੀ ਹੈ ਹਾਂਜੀ ਜੇ ਭਰਾਵਾ ਫਿਰ ਤਾਂ ਸਾਰੇ ਹੋਰ ਦਾ ਵੀ ਕੰਮ ਲਵਾ ਕਰਾ ਚੁੱਕਦਾ ਹੈ ਨਾ ਪਹਿਲਾਂ ਸਾਡਾ ਹੋ ਜੇ ਹੈ ਕੋਈ ਨਾ ਤੁਹਾਡਾ ਤਾਂ ਹੋ ਜਾਣਾ ਤੁਹਾਡਾ ਭੂਆ ਦਾ ਮੁੰਡਾ ਹੀ ਹੈ ਸਾਡਾ ਕਿਹੜਾ ਭੂਆ ਦਾ ਮੁੰਡਾ ਲੱਗਦਾ ਸਾਡਾ ਵੀ ਕਰਾਈ ਸਾਡਾ ਨਹੀਂ ਮਤਲਬ ਭਰਾ ਸਾਡੇ ਨਾਲ ਦੇ ਹੋਰ ਹੈਗੇ ਨੇ ਤੁਸੀਂ ਵੱਡੇ ਹੋ ਕੇ
ਸਰ ਫੋਰਨ ਜਾਣਾ ਸਟੱਡੀ ਕੰਪਲੀਟ ਬਸ ਉਹਦਾ ਨਿਬੜੀ ਬੈਸਟ ਫਰੈਂਡ ਪੱਪੂਆ ਦੇ ਮੁੰਡੇ ਦੀ ਕੰਪਨੀ ਹੈ ਨਾ ਘਰ ਦੀ ਗੱਲਬਾਤ ਹੈ ਨਾ ਚਲੋ ਜਾ ਕੇ ਉੱਥੇ ਜਾ ਕੇ ਜ਼ਰੂਰ ਇੱਥੋਂ ਨਾਲ ਤੈਨੂੰ ਖਿੱਚ ਕੇ ਲੈ ਕੇ ਜਾਏ ਉਰੋਂ ਠੀਕ ਹੈ ਸੋ ਜ਼ੋਰਦਾਰ ਤਾੜੀਆਂ ਭਰਾਵਾਂ ਲਈ ਥੈਂਕ ਯੂ ਭਰਾ ਸੋ ਹਾਂਜੀ ਲਿਆਓ ਜੀ ਅਗਲੇ ਬੱਚੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ चलो ठीक है काला डोरिया जी गाना सुन दे पहला उधर देख के फिर गल बात करो डोरिया कुंडे नाले अड़े आई ओए कि छोटा देवरा पाबी नाले लड़े आई ओए काला डोरिया कुंडे नाले अड़े आई ओए कि छोटा देवरा पाबी नाले लड़े आई ओए छोटे देवरा तेरी दूर बलाई वे नालड़ सोने आ तेरी कबर जाई वे चन्ना चूरी दाना मक्खन आंदाई ओए किले जा पत्ता है मेरा टोला खांदाई ओए काला डोरिया हाय वे काला डोरिया कुंडे नाल अड़े आई ओए कि छोटा देवरा पाबी नाल लड़े आई ओए काला डोरिया हाय वे काला डोरिया सुतना शीट दिया मुल्तानो आईया ने कि मावा अपनिया जी नरी जलाईया ने कमीजा सिल्क दिया ए दिलियो आईया ने कि ससा बिगानड़िया जी ना गलो लहाईया ने काला डोरिया हाय वे काला डोरिया कुंडे नाल लड़े आई ओए कि छोटा देवरा पापी नाल लड़े आई ओए वेरी गुड क्या बात जोरदार ताड़ियां तुसी किहड़ी क्लास हो सारे दसवीं च प्लस वन साइंस च ओके 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 अगे जिंदगी च वड्डे होके डॉक्टर तुसी पुत्त टीचर तुसी डॉक्टर फॉरन जाना इट्टा कोई नहीं पुत्त इट्टा दा काम थोड़ा रहना साडा असीं इट्टा दा लहा दईए माड़ा जिहा फिर सारे बच्चों नूं लैके जावांगे आपां किसे नूं नाराज नहीं करदे हैगे जिन्हां दा वीज़ा नहीं लग्गिया उन्हां नूं लैके जावांगे इट्टा ही ने इट्टा जाके थोड़ा लै जाएंगे सारा नूं चाड़ के जोरदार ताड़ियां इन्हां सारिआं लई थैंक यू आ जाओ मेरा बच्चा आ जाओ सब तो पहली गल तो कैमरे वाले वीर नूं कहूंगा माड़ी इहदी पग दिखाओ सो पग बहुत ज़्यादा सोहनी बन्नी हुई है भरा ने मकड़ी आ गई थी विचली आपां नूं चकदा ते थोड़ा नाम की है सरदार साहब लवप्रीत सिंह ते दस्तार थोड़ी किने सजाई है तुसीं आप बनते हो क्या बात है बहुत सोहनी मतलब बनते हो इहनूं किहड़ी पग कहिंदे ने पेचा वाली ओके हुण तुसीं की करके दिखाओगे चुटकले इहनूं थल्ले ले जाण दी की गल हो जांदी है इहनूं इधर फड़ा दे कोई नहीं चुटकले सुनाओगे हाँ जी कल्ले जानी हो नहीं ओह नाल दा गवाह गई पता नहीं लग गया यार लभन चले गए हाँ जी इधर किधर मैं ही याद करता ही चुटकले इधर जी की सीसीटीवी कैमरे लगे हुए ने बैठ के अंदर बैठा थी का वो कहना साडा बंदा खो गया कहना चुटकले करने ने सी सुनाने ने हो गए याद हुण हाँ जी क्या बात है तो चुटकले सुनाओ पहला तुसी फिर आप देखते हैं भी उत्थे लुकण का फायदा होया जां नुकसान होया तैनूं पानी बहुत ठंडा सी मम्मी दे हाथ च डंडा सी डरदे डरदे सिर ते पानी पा लिया आले चक में नहा लिया क्या बात है सर्दियां च जिहड़ा बंदा आ गल कहदे ना ओहदे वर्गा महान बंदा ही कोई नहीं है ते वी ठंडे पानी नाल नहा के आवे जिहड़ा क्या बात है हां जी तुसी हां जी अध्यापक कहिंदे स्कूल की हुंदा है बच्चा कहिंदा जिथे मेरे बापू नूं लुट्टिया जांदा ते मैनूं कुट्टिया जांदा है घरें कुट्ट पैंदी हुंदी है हां जी ਕੌਣ ਕੁੱਟਦਾ ਜ਼ਿਆਦਾ ਮੰਮੀ ਕਿ ਡੈਡੀ ਜਾਂ ਕੋਈ ਹੋਰ ਆਂਢੀ ਗੁਆਂਢੀ ਚੱਕ ਜਾਂਦਾ ਕੰਮ ਮੰਮਾ ਹੀ ਮੰਮੀ ਕੁੱਟਦੇ ਹੁੰਦੇ ਨੇ ਓਕੇ ਕਿਉਂ ਕੁੱਟਦੇ ਹੁੰਦੇ ਨੇ ਜ਼ਿਆਦਾ ਕੁੱਟ ਕਿਸ ਕਾਰਨ ਪੈਂਦੀ ਹੁੰਦੀ ਹੈ ਸਰ ਚੌੜ ਕਰਨ ਦੀ ਵੱਡਾ ਹੋ ਕੇ ਕੀ ਬਣਨਾ ਜ਼ਿੰਦਗੀ 'ਚ ਸਰ ਕੈਨੇਡਾ ਜਾਣਾ ਵਾਹ ਤੁਸੀਂ ਪੁੱਤ ਵੱਡੇ ਹੋ ਕੇ ਕੀ ਬਣਨਾ ਡਾਕਟਰੀ ਡਾਕਟਰ ਬਣਨਾ ਸੋ ਜ਼ੋਰਦਾਰ ਤਾੜੀਆਂ ਇਹ ਭਰਾਵਾਂ ਲਈ ਬੱਚਿਆਂ ਲਈ ਥੈਂਕ ਯੂ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਤੁਸੀਂ ਕੀ ਲੁੱਡੀ ਹਾਂਜੀ ਤੁਹਾਡੇ ਰੁਮਾਲ ਦੱਸ ਰਹੇ ਨੇ ਹੱਥ 'ਚ ਫੜੇ ਹੋਏ ਜਿਹੜੇ ਲੁੱਡੀ ਪਾਉਣੀ ਆ ਵੀ ਲਾਈਵ ਚੱਲੂਗੀ ਜਾਂ ਰਿਕਾਰਡਡ ਹੈ ਨਹੀਂ ਜੀ ਢੋਲ ਤੇ ਹੈ ਚਲੋ ਠੀਕ ਹੈ ਪਹਿਲਾਂ ਲੁੱਡੀ ਇਹਨੇ ਬੱਚੇ ਦੀ ਪਰਫਾਰਮੈਂਸ ਦੇਖਦੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਠੀਕ ਹੈ
ਬਹੁਤ ਵਧੀਆ ਲੁੱਡੀ ਕਿਹਨੇ ਤਿਆਰ ਕਰਾਈ ਹੈ ਪੁੱਤ ਸਰ ਨੇ ਸਰ ਜੀ ਦਾ ਨਾਮ ਗੁਰਪ੍ਰੀਤ ਸਰ ਗੁਰਪ੍ਰੀਤ ਸਰ ਗੁਰਪ੍ਰੀਤ ਸਰ ਲਈ ਜ਼ੋਰਦਾਰ ਤਾੜੀਆਂ ਪੁੱਤ ਸਭ ਤੋਂ ਪਿਆਰੀ ਟੀਚਰ ਤੁਹਾਨੂੰ ਕਿਹੜੇ ਲੱਗਦੇ ਨੇ ਸਕੂਲ 'ਚ ਰਿੰਪਲ ਮੈਮ ਰਿੰਪਲ ਮੈਮ ਅਤੇ ਡਰ ਸਭ ਤੋਂ ਵੱਧ ਡਰ ਕਿਸੇ ਟੀਚਰ ਨਹੀਂ ਨਹੀਂ ਐਂ ਤਾਂ ਹੁਣ ਹੁੰਦਾ ਪੁੱਤ ਕਿਹਾ ਕਰਦੇ ਨਹੀਂ ਦੱਸਿਆ ਕਰਦੇ ਨੇ ਮਾੜਾ ਮੋਟਾ ਡਰਦੀ ਨਹੀਂ ਕਿਸ ਤੋਂ ਇਹ ਵੱਡੇ ਹੋ ਕੇ ਕੀ ਕਰਨਾ ਜ਼ਿੰਦਗੀ 'ਚ ਡਾਕਟਰ ਡਾਕਟਰ ਤੋ ਤੁਸੀਂ ਪੁੱਤ ਆਰਮੀ ਲੇਡੀ ਬਣਨਾ ਸਲੂਟ ਹੈ ਤੁਹਾਨੂੰ ਤੁਸੀਂ ਅਬਰਾਡ ਅਮਰੀਕਾ ਵੈਰੀ ਗੁੱਡ ਅਮਰੀਕਾ ਅਬਰਾਡ ਕੈਨੇਡਾ 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 ਫੋਰਨ ਕੈਨੇਡਾ ਫੋਰਨ ਕੈਨੇਡਾ 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 ਇੱਟਾਂ ਵਾਲਾ ਕੰਮ ਤਾਂ ਕਰਾਉਣਾ ਪਊ ਜ਼ੋਰਦਾਰ ਤਾੜੀਆਂ ਨਾਲ ਭੈਣਾਂ ਲਈ ਆ ਜਾਓ ਭਾਈ ਸਾਡੇ ਸਰਦਾਰ ਸਾਹਿਬ ਟੀਮ ਜ਼ੋਰਦਾਰ ਤਾੜੀਆਂ ਸੋ ਭੰਗੜਾ ਤੁਸੀਂ ਪਾਓਗੇ ਢੋਲ 'ਤੇ ਜਾਂ ਰਿਕਾਰਡਡ ਹੈ ਨਹੀਂ ਢੋਲ 'ਤੇ ਢੋਲ 'ਤੇ ਆ ਬੋਲੀਆਂ ਪੈਣਗੀਆਂ ਨਾਲ ਜਾਂ ਇਕੱਲੀ ਬੀਟ 'ਤੇ ਬੋਲੀਆਂ ਬੋਲੀਆਂ ਕੌਣ ਪਾਉਣਗੇ ਅੱਛਾ ਭਰਾ ਸਾਡਾ ਵਾਹ ਕਿਆ ਬਾਤ ਹੈ ਤਾਂ ਹੀ ਅੱਡ ਡਰੈਸਅਪ ਅੱਡ ਡਰੈਸਅਪ 'ਚ ਹੈ ਭਰਾ ਦਾ ਨਾਮ ਕੀ ਹੈ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਕਿਆ ਬਾਤ ਹੈ ਜੀ ਪਰਮਿੰਦਰ ਸਿੰਘ ਜੀ ਆ ਲਓ ਮਾਈਕ ਅਤੇ ਭੰਗੜਾ ਦੇਖਦੇ ਜੀ ਮੁੰਡਿਆਂ ਦਾ ਬੋਲੀਆਂ ਪਾਓ ਸਾਡਾ ਭਰਾ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਤੁਸੀਂ ਇੱਥੇ ਆ ਜਾਓ ਤੁਸੀਂ ਪੁਜੀਸ਼ਨ ਲੈ ਲਓ ਭਰਾ ਤੇਰੇ ਹੱਥ ਮਾਹੀ ਵੇ ਗਾਨਾ ਤੇਰੇ ਹੱਥ ਮਾਹੀ ਵੇ ਗਾਨਾ ਸ਼ੋਰਾ ਵੇਰਾ ਵੀ ਬਾਲੜਿਆ ਤੇਰੀ ਜੁੱਤੀ ਝੁੰਮਰਾਂ ਪਾਈਆਂ ਤੇਰੀ ਜੁੱਤੀ ਝੁੰਮਰਾਂ ਪਾਈਆਂ ਸ਼ੋਰਾ ਵੇਰਾ ਵੀ ਵਾਲੜਿਆ ਉੱਚੀਆਂ ਲੰਮੀਆਂ ਟਾਲੀਆਂ ਏ ਬੇਲੀਆਂ ਹੇਠ ਵਗੇ ਦਰਿਆ ਵੇਹਾਣੀਆਂ ਹੇਠ ਵਗੇ ਦਰਿਆ ਮੈਂ ਦਰਿਆ ਦੀ ਮਛਲੀ ਵੇਹਾਣੀਆਂ ਤੂੰ ਬਗਲਾ ਬਣ ਕੇ ਆ ਵੇਹਾਣੀਆਂ ਬਗਲਾ ਬਣ ਕੇ ਆ ਝੂਮਰ ਕੱਤੀ ਜਾ ਕੱਤੀ ਜਾ ਝੂਮਰ ਪਾਈ ਜਾ ਝੂਮਰ ਕੱਤੀ ਜਾ ਕੱਤੀ ਜਾ ਝੂਮਰ ਪਾਈ ਜਾ ਹੋ 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 ਬਹੁਤ ਸੋਹਣਾ ਭੰਗੜਾ ਤੁਹਾਡਾ ਅਤੇ ਸਭ ਤੋਂ ਸੋਹਣੀਆਂ ਲੱਗੀਆਂ ਮੈਨੂੰ ਭਰਾ ਦੀਆਂ ਬੋਲੀਆਂ ਆਵਾਜ਼ ਬਹੁਤ ਪਿਆਰੀ ਹੈ ਆਵਾਜ਼ ਬਹੁਤ ਪਿਆਰੀ ਹੈ ਤੁਹਾਡੀ ਅਤੇ ਰਿਹਰਸਲ ਕਰਦੇ ਹੋ ਮਤਲਬ ਸਿੰਗਿੰਗ ਦੀ ਸਿੱਖਦੇ ਹੋ ਕਿਤੋਂ ਜਾਂ ਵੈਸੀ ਕੁਦਰਤੀ ਕਿਆ ਬਾਤ ਅੱਗੇ ਜ਼ਿੰਦਗੀ 'ਚ ਕੀ ਪਲੈਨ ਹੈ ਆਰਮੀ 'ਚ ਆਰਮੀ 'ਚ ਕਿਆ ਬਾਤ ਇਹ ਆਰਮੀਆਂ ਦਾ ਦਿਲਵਾਈ ਰੱਖਿਆ ਕਰਨੇ ਨੇ ਗਾਣੇ ਸੁਣਾ ਸੁਣਾ ਕੇ ਉੱਥੇ ਨਾ ਆਰਮੀ ਵਾਲੇ ਬੰਦੂਕਾਂ ਚੱਕੀ ਖੜਿਆ ਕਰਨਗੇ ਇਹ ਕਹਿੰਦੇ ਕੋਈ ਲੰਮਾ ਸ਼ੋਰੇ ਬਲੜਿਆ ਇਹਨੇ ਉੱਥੇ ਸਾਰੇ ਫੌਜੀ ਕੰਮ ਲਾ ਲੈਣੇ ਨੇ ਵੈਰੀ ਗੁੱਡ ਆਰਮੀ 'ਚ ਜਾਊ ਭਰਾ ਅਤੇ ਤੁਸੀਂ ਵੱਡੇ ਹੋ ਕੇ ਸਾਇੰਟਿਸਟ ਜੀ ਵੈਰੀ ਗੁੱਡ ਉੱਥੇ ਜਾ ਕੇ ਵੀ ਐਂ ਨਾਸਾ 'ਚ ਐਂ ਨਾਸਾ ਵਾਲੇ ਦੇਖਣਗੇ ਬਾਹਰਲੇ ਇੰਗਲੈਂਡ ਅਮਰੀਕਾ ਵਾਲੇ ਵੀ ਇਹ ਕਿੱਧਰੋਂ ਆ ਗਏ ਐਂ ਜਿਹੜੇ ਇਹ ਪੰਜਾਬ ਵਾਲੇ ਜੀ ਅਸੀਂ ਕਨੇਡਾ ਜੀ ਕਨੇਡਾ ਬਾਹਰ ਕਿਹੜੇ ਬਾਹਰ ਕਨੇਡਾ 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 ਹੀ ਕਨੇਡਾ ਤਾਂ ਨਹੀਂ ਕਨੇਡਾ ਤਾਂ ਨਹੀਂ ਸੋ ਤਾੜੀਆਂ ਲਓ ਭਰਾਵਾਂ ਲਈ ਚੰਗਾ ਲੱਗਿਆ ਗੱਲਬਾਤ ਕਰਕੇ ਆ ਜਾਓ ਮੇਰਾ ਵੀਰ ਕੀ ਨਾਮ ਪੁੱਤ ਗੁਰਤਾਜ ਸਿੰਘ ਗੁਰਤਾਜ ਸਿੰਘ ਕੀ ਕਰਕੇ ਦਿਖਾਓਗੇ ਹੁਣ ਚੁਟਕਲਾ ਸੁਣਾ ਕੇ ਦਿਖਾਵਾਂਗੇ ਚਲੋ ਦਿਖਾਓ ਪੁੱਤ ਚੁਟਕਲਾ ਸੁਣਾ ਕੇ ਦਿਖਾਓ ਪਹਿਲਾਂ ਇੱਕ ਆਦਮੀ ਸੀ ਉਹ ਸੋਚਦਾ ਰਿਹਾ ਔਰ ਸਾਰੀ ਜ਼ਿੰਦਗੀ ਸੋਚਦਾ ਰਿਹਾ ਕਿ ਮੇਰੀ ਭੈਣ ਦੇ ਤਿੰਨ ਭਰਾ ਮੇਰੇ ਦੋ ਕਿਵੇਂ ਵਾਲਾ ਹਸਾਉਂਦਾ ਹੈ ਵਾਲਾ ਹਸਾਉਂਦਾ ਹੈ ਅਤੇ ਅਗਲਾ ਚੁਟਕਲਾ ਤੁਸੀਂ ਸੁਣਾਓਗੇ ਚਲੋ ਸੁਣਾਓ ਪੁੱਤ ਇੱਕ ਕੰਜੂਸ ਸੀ ਉਹ ਉਹਦੇ ਬੇਟੇ ਨੂੰ ਕੁੱਟ ਰਿਹਾ ਸੀ ਗੁਆਂਢੀ ਕਹਿੰਦਾ ਵੀ ਕਾਹਤੋਂ ਮਾਰਦਾ ਪਿਆ ਜਵਾਕ ਨੂੰ ਕੰਜੂਸ ਕਹਿੰਦਾ ਮੈਂ ਇਹਨੂੰ ਕਿਹਾ ਸੀਗਾ ਵੀ ਇੱਕ ਇੱਕ ਪੌੜੀ ਛੱਡ ਕੇ ਚੜੀ ਚੱਪਲ ਘੱਟ ਕੇ ਸੂਗੀ ਇਹ ਨਲਾਇਕ ਦੋ ਦੋ ਪੌੜੀ ਛੱਡ ਕੇ ਚੜਿਆ ਅਤੇ ਪਜਾਮਾ ਪੜਵਾ ਲਿਆ ਵੱਡੇ ਹੋ ਕੇ ਕੀ ਸੋਚਿਆ ਜ਼ਿੰਦਗੀ 'ਚ ਸਰ ਡਾਕਟਰ ਬਣਾਂਗੇ ਤੁਸੀਂ ਪੁੱਤ ਆਰਮੀ ਆਫਿਸਰ ਓਕੇ 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 ਤੁਸੀਂ ਲੜਦੇ ਲੜਦੇ ਹੁੰਦੇ ਹੋ ਘਰੇ ਮਾੜਾ ਮੋਟਾ ਤੁਸੀਂ ਲੜਦੇ ਹੁੰਦੇ ਹੋ ਕਿਹਦੇ ਨਾਲ ਸਰ ਮੰਮਾ ਨਾਲ ਮੰਮਾ ਨਾਲ ਜੋ ਵੀ ਹੈੱਡਕੁਆਰਟਰ 'ਚ ਹੱਥ ਪਾਈ ਖੜਿਆ ਤਾਂ ਫਿਰ ਤੇਰਾ ਕੋਈ ਚਾਂਸ ਨਹੀਂ ਪੁੱਤ ਬਚਣ ਬੁਚਣ ਦਾ ਤਾਂ ਤੇਰੇ ਕੁੱਟ ਪੈਂਦੀ ਹੁੰਦੀ ਹੈ ਪੈਣੀ ਵੀ ਚਾਹੀਦੀ ਹੈ
है ना, तू तो रब न छिड़ी पंगे ले जाना रब नाल बैठा उत्ते की पंगे रौला की पैंदा हुंदा मतलब सर कौन नहीं सब वैसे वैसे चलो कोई नहीं जोरदार ताड़ियां ला दो भरावां लई थैंक यू वीरे आ जाओ वाह भाई वाह क्या बात है जी होर ही भाई अगे आ जाओ जी सत श्रीकाल वीरे थोड़ा नाम की है हरकुमप्रीत सिंह थोड़ी उम्र कितनी है 18 साल 18 साल मैं तो समझ मैं टीचर नाल आए ने इन्हों के जवाकों के है ना तैयारी कराने वाले भरा था मेथों बड़ा लगी जाता देख लो फिर बराबर खड़ते मेथों बड़े बड़े जवाक पढ़ते हैं स्कूल च बच्चे ही आए थे क्या बात है मेरा भरा बच्चा तो तुम मलवई कि क्या बात है तो आप करिए बोलिए कौन पाऊ अभी पावे तुम मतलब कल कल आ के है ना ठीक है जी सो लैके आओ जी स्टैंड पंथ सजा दशमेश पिता ने कीती गल न्यारी भी पांच ककार दी बख्शीश दे नाल पांच ककार दी बख्शीश दे नाल बख्शी पग प्यारी भी माधो दास नू सिंह सजाया माधो दास नू सिंह सजाया सुनियो साखी सारी ओ साडियां पग्गां दी दुनिया ते ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਧੂਰੀ ਉਹ ਧੂਰੀ ਵਗਦੀ ਰੇਲ ਸੁਣੀ ਦੀ ਉਹ ਧੂਰੀ ਵਗਦੀ ਰੇਲ ਸੁਣੀ ਦੀ ਲੰਮੀਆਂ ਮਾਰੇ ਕੂਕਾਂ ਵਿਆਤੀ ਬੁੱਢੜੇ ਨੂੰ ਕੀ ਟੂ ਮਾਣੂ ਕੂਕਾਂ ਵਿਆਤੀ ਬੁੱਢੜੇ ਨੂੰ ਹੋ ਐਵੇਂ ਕਾਤੋਂ ਲੜਦੀ ਸੋਹਣੀਏ ਤੈਨੂੰ ਸਵਰਗ ਦਿਖਾ ਦੂੰ ਨੀ ਨੱਕ ਨੂੰ ਕੋਕਾ ਕੰਨਾਂ ਨੂੰ ਵਾਲੀਆਂ ਨੀ ਨੱਕ ਨੂੰ ਕੋਕਾ ਕੰਨਾਂ ਨੂੰ ਵਾਲੀਆਂ ਪੈਰੀ ਝਾਂਜਰ ਵੀ ਕਢਵਾ ਦੂੰ ਨੀ ਜੁੱਤੀ ਤਿੱਲੇਦਾਰ ਕੱਢਵੀ ਨੀ ਜੁੱਤੀ ਤਿੱਲੇਦਾਰ ਕੱਢਵੀ ਮੁਕਸਰ ਤੋਂ ਮੰਗਵਾ ਦੂੰ ਅੱਜ ਤੋਂ ਚੌਥੇ ਨੂੰ ਸਾਰੇ ਲਾਂਬੇ ਲਾ ਦੂੰ ਨੀ ਅੱਜ ਤੋਂ ਚੌਥੇ ਬਹੁਤ ਸੋਹਣਾ ਮਲਵਈ ਗਿੱਧਾ ਤੁਹਾਡਾ ਅਤੇ ਤਿਆਰ ਕਿਹਨੇ ਕਰਵਾਇਆ ਸੀ ਉਹ ਸਾਡੇ ਕੋਚ ਸਾਹਿਬ ਦਾ ਨਾਮ ਗੋਪੀ ਵੀਰਾ ਗੋਪੀ ਵੀਰੇ ਲਈ ਜ਼ੋਰਦਾਰ ਤਾੜੀਆਂ ਬਹੁਤ ਸੋਹਣਾ ਮਲਵਈ ਗਿੱਧਾ ਇਹਨਾਂ ਦਾ ਵੱਡੇ ਹੋ ਕੇ ਕੀ ਕਰਨਾ ਕਨੇਡਾ ਜਾਵਾਂਗੇ ਕਨੇਡਾ ਹਾਂਜੀ ਕਨੇਡਾ ਕਨੇਡਾ ਜਾਣਾ ਕਨੇਡਾ ਕਨੇਡਾ ਹੀ ਆਪਣਾ ਵੀ ਕਨੇਡਾ ਹੀ ਆਈ ਕਨੇਡਾ ਹੀ ਆਈ ਕਨੇਡਾ ਹੀ ਆਈ ਕਨੇਡਾ ਹੀ ਆਈ ਸਰ ਜੀ ਜਹਾਜ਼ ਜਹੂਜ ਬੁਲਾ ਲਓ ਜੀ ਹਾੜੇ ਕੋਈ ਐਂ ਕਦੋਂ ਕਰਦੇ ਹੋ ਜੀ ਇੰਨੇ ਜਵਾਕ ਆਪਣੇ ਕੋਲ ਕਨੇਡਾ ਹੋਈ ਪਈ ਹੈ ਇਹ ਜਿਹੜੇ ਹਿਸਾਬ ਨਾਲ ਇਹ ਚੱਲ ਰਿਹਾ ਨਾ ਸਿਸਟਮ ਸਾਨੂੰ ਐਂ ਲੱਗਦਾ ਵੀ ਸਾਲ ਡੇਢ ਕੁ ਸਾਲ ਤੱਕ ਸਾਨੂੰ ਅੱਧੀ ਛੁੱਟੀ ਸਾਰੀ ਵੀ ਕਨੇਡਾ ਜਾ ਕੇ ਸ਼ੂਟ ਕਰਕੇ ਆਉਣਾ ਪੈਣਾ ਪਰਮਾਤਮਾ ਕਰੇ ਛੇਤੀ ਇਹ ਦਿਨ ਆਵੇ ਅਤੇ ਅਸੀਂ ਜਾ ਕੇ ਕਨੇਡਾ ਇਹ ਵੀ ਸ਼ੂਟ ਕਰਕੇ ਅੱਧੀ ਛੁੱਟੀ ਸਾਰੀ ਜ਼ੋਰਦਾਰ ਤਾੜੀਆਂ ਨੇ ਭਰਾਵਾਂ ਲਈ ਥੈਂਕ ਯੂ ਭਰਾ ਥੈਂਕ ਯੂ ਆ ਜਾਓ ਮੇਰਾ ਜੀ ਸੋ ਹਾਂਜੀ ਇਸ ਤੋਂ ਬਾਅਦ ਹਾਂਜੀ ਪੁੱਤ ਕੀ ਕਰਕੇ ਦਿਖਾਓਗੇ ਸਰ ਲੱਠੇ ਦੇ ਚਾਦਰ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਵਾਈਆ ਹਨ ਆਵ ਸਾਹਮਣੇ ਹਾਂਜੀ ਦੇਖਦੇ ਜੀ ਪੁੱਛਣੀ ਪਰਫਾਰਮੈਂਸ ਬਹੁਤ ਸੁਰੀਲੀ ਆਵਾਜ਼ ਤੁਹਾਡੀ ਕਿੰਨੇ ਦਿਨ ਤੋਂ ਤਿਆਰੀ ਕਰ ਰਹੇ ਹੋ ਸਰ ਕੱਲ੍ਹ ਕੀਤੀ ਕੱਲ੍ਹ ਤੋਂ ਤਿਆਰੀ ਕਰੀ ਹੈ ਫਿਰ ਵੀ ਬਹੁਤ ਸੋਹਣੀ ਆਵਾਜ਼ ਤੁਹਾਡੀ ਅਤੇ ਤਿਆਰ ਕਿਹਨੇ ਕਰਾਇਆ ਸੀ ਸਰ ਮਿਊਜ਼ਿਕ ਵਾਲੇ ਸਰ ਨੇ ਮਿਊਜ਼ਿਕ ਵਾਲੇ ਸਰ ਉਹਨਾਂ ਦਾ ਨਾਮ ਚਲੋ ਮਿਊਜ਼ਿਕ ਵਾਲੇ ਸਰ ਲਈ ਜ਼ੋਰਦਾਰ ਤਾੜੀਆਂ ਬਹੁਤ ਪਿਆਰਾ ਜਿਹਾ ਗਾਣਾ ਤਿਆਰ ਕਰਾਇਆ ਸੋ ਥੈਂਕ ਯੂ ਬਹੁਤ ਠੀਕ ਠਾਕ ਹੋ
हां जी सर जी। हाय ਤੁਸੀਂ ਕਦੋਂ ਆਏ? ਅੰਕਲ ਸਰ ਜੀ। ਅੰਕਲ ਕਿਹੜੇ ਪਾਸੋਂ ਹੈ? ਕੋਟਦਾ ਵੀ ਹੁੰਨਾ ਮੈਂ। ਹਾਂ ਕਦੋਂ ਆਏ? ਸਰ ਜੀ ਹੁਣੇ ਹੁਣੇ। ਅੱਛਾ ਹੋਰ ਸੀਜ਼ਨ ਸੂਜ਼ਨ ਵਧੀਆ ਲੰਘ ਗਿਆ ਜੀਰੀ ਵਾਲਾ? ਆ ਜਾਓ ਪੁੱਤ ਤੁਸੀਂ। ਤੁਹਾਡਾ ਨਾਮ ਕੀ ਹੈ? ਸਾਜਪ੍ਰੀਤ ਸਿੰਘ। ਓਕੇ ਤੁਸੀਂ ਵੀ ਨਾਲੇ ਆਏ ਹੋ? ਓਕੇ ਕਾਹਤੇ ਆਏ ਸੀ? ਸਕੂਲ ਵਾਸਤੇ। ਬੱਸ ਤੇ ਹੁਣ ਕੀ ਕਰਕੇ ਦਿਖਾਓਗੇ? ਸਰ ਜੀ ਚਾਰ ਸਾਹਿਬਜ਼ਾਦੇ ਨਾਮ। ਵਾਹ ਕੀ ਬਾਤ ਹੈ, ਚਾਰ ਸਾਹਿਬਜ਼ਾਦਿਆਂ ਦੇ ਨਾਮ। ਸਵਾਲ ਪੁੱਤ ਮਾਈਕ, ਪਹਿਲਾਂ ਤੁਸੀਂ ਗੁਰੂ ਸਾਹਿਬਾਨ ਦੇ ਨਾਮ ਬੋਲੋ। ਆਲੋ ਮਾਈਕ ਹੱਥ 'ਚ ਫੜ ਲਓ, ਤੁਸੀਂ ਫੜ ਲਓ ਪੁੱਤ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਆਪਾਂ ਚਾਰ ਸਾਹਿਬਜ਼ਾਦੇ ਨਾਮ ਸਿੱਖੀਏ। ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਪੁੱਤ, ਹੁਣ ਤੁਸੀਂ ਤੁਹਾਡੀ ਵਾਰੀ ਆ ਗਈ, ਚਲੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਆਪਾਂ ਪੰਜ ਪਿਆਰਿਆਂ ਦੇ ਨਾਮ ਸਿੱਖੀਏ। ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਪੁੱਤ, ਵੈਰੀ ਗੁੱਡ, ਕੀ ਬਾਤ ਹੈ। ਸੋ ਛੋਟੇ ਛੋਟੇ ਬੱਚੇ ਜਦੋਂ ਗੁਰੂ ਸਾਹਿਬਾਨ ਦੇ ਹਾਂ ਆਪਾਂ ਜੈਕਾਰਾ ਸਾਰੇ ਛੱਡਦੇ ਹਾਂ। ਸੋ ਬੋਲੇ ਸੋ ਨਿਹਾਲ। ਵਾਹ ਜੀ ਵਾਹ, ਕਿਆ ਬਾਤ ਆ। ਸੋ ਬਹੁਤ ਚੰਗਾ ਲੱਗਦਾ ਜਦੋਂ ਛੋਟੇ ਛੋਟੇ ਬੱਚੇ ਨੇ ਜਿਹੜੇ ਸਾਡੇ ਇਤਿਹਾਸ ਨੂੰ ਗੁਰੂ ਸਾਹਿਬਾਨ ਨੂੰ ਯਾਦ ਰੱਖਦੇ ਨੇ, ਕਿਉਂਕਿ ਗਾਣੇ ਵੀ ਸਾਰੇ ਬੱਚੇ ਸੁਣਾਉਂਦੇ ਰਹਿੰਦੇ ਨੇ, ਪਰ ਆਹ ਵੀ ਸਾਨੂੰ ਬੱਚੇ ਬਹੁਤ ਮਿਲਦੇ ਨੇ। ਇਹ ਨਹੀਂ ਹੈਗਾ ਸਾਨੂੰ ਵੀ ਬੱਚੇ ਗਾਣੇ ਵਾਲੇ ਹੀ ਮਿਲਦੇ ਨੇ, ਸਾਨੂੰ ਬਹੁਤ ਪਿਆਰੇ ਪਿਆਰੇ ਬੱਚੇ ਵੀ ਇੱਦਾਂ ਦੇ ਮਿਲਦੇ ਨੇ। ਸੋ ਪੁੱਤ ਇਹ ਵੱਡੇ ਹੋ ਕੇ ਤੁਸੀਂ ਕੀ ਬਣਨਾ? ਸਰ ਹੱਡੀਆਂ ਦਾ ਡਾਕਟਰ। ਹੱਡੀਆਂ ਦਾ ਡਾਕਟਰ, ਵਾਹ ਵਾਹ। ਇਹਨੂੰ ਪਤਾ ਵੀ ਜਿਹੜੇ ਹਿਸਾਬ ਨਾਲ ਅੱਜ ਕੱਲ੍ਹ ਦੇ ਮਾਹੌਲ ਚੱਲ ਰਹੇ ਨੇ, ਅੱਗੇ ਹੱਡੀਆਂ ਹੀ ਟੁੱਟਣਗੀਆਂ ਇੱਕ ਦੂਜੇ ਦੀਆਂ, ਵੀ ਡਾਕਟਰ ਬਣੋ, ਵਧੀਆ ਪੈਸਾ ਮਿਲੂਗਾ, ਹੈ ਨਾ? ਓਕੇ ਓਕੇ ਓਕੇ। ਤੁਸੀਂ ਪੁੱਤ ਵੱਡੇ ਹੋ ਕੇ? ਸਰ ਜੀ ਕੈਨੇਡਾ ਜਾਣਾ। ਕੈਨੇਡਾ ਜਾਣਾ? ਯੋ ਯਾਨਾ ਖਾਨੇ ਜਾ, ਪੱਕਾ ਜਾਣਾ ਮੰਗਦਾ? ਗੁੱਡ ਵਾਹ ਗੁੱਡ ਵਾਹ। ਬੱਸ ਜਾਣਾ ਮੰਗਦਾ, ਟਰਾਲੀ 'ਤੇ ਜਾਣਾ ਮੰਗਦਾ? ਸਰ ਜੀ ਪਲੇਨ 'ਤੇ। ਪਲੇਨ ਜੇ 'ਤੇ, ਪਲੇਨ ਜੇ 'ਤੇ, ਜਹਾਜ਼ 'ਤੇ, ਜਿੱਦਾਂ ਕਿੱਦਾਂ, ਹੈ ਨਾ? ਜਿੱਦਾਂ ਕਿੱਦਾਂ ਟਿਕਟ ਕਿਹੜੀ ਕਰਾਉਣੀ ਹੈ, ਇਕਾਨਮੀ ਕਰਾਉਣੀ ਹੈ ਜਾਂ ਬਿਜ਼ਨਸ ਕਲਾਸ ਕਰਾਉਣੀ ਹੈ ਬ੍ਰੋ? ਸਰ ਜੀ ਏਅਰ ਕੈਨੇਡਾ ਜਿਹੜਾ ਜਹਾਜ਼ ਹੁੰਦਾ ਉਹਦੇ ਵਿੱਚ। ਅਸੀਂ ਏਅਰ ਕੈਨੇਡਾ ਜਹਾਜ਼ ਕੰਪਨੀ ਬ੍ਰਾਂਡ ਨੇ ਬ੍ਰੋ। ਸੋ ਗੁੱਡ ਲੱਕ ਆ, ਪਰਮਾਤਮਾ ਕਰੇ ਜਲਦੀ ਜਲਦੀ ਜਹਾਜ਼ ਦੀ ਟਾਕੀ ਨੂੰ ਹੱਥ ਪਵੇ। ਤਾੜੀਆਂ ਲਓ ਭਰਾਵਾਂ ਲਈ, ਕੈਨੇਡਾ ਲਈ ਅਤੇ ਕਾਰਪੈਂਟਰ ਆ ਜਾ ਮੇਰਾ ਭਰਾ। ਕੀ ਕਰਕੇ ਦਿਖਾਓਗੇ? ਵਾਰ ਵਾਰ। ਸੋ ਹਾਂਜੀ ਪਹਿਲਾਂ ਪਰਫਾਰਮੈਂਸ ਦੇਖਦੇ ਹਾਂ ਉੱਧਰ ਦੇਖ ਕੇ। ਵਾਰ ਹੱਲਾ ਬੋਲਿਆ ਬੰਦਾ ਸਿੰਘ ਸ਼ੇਰ ਨੇ, ਹੋ ਦਾਦ ਹੋ ਸਤਿਗੁਰੂ ਮੇਰਿਆ, ਕਲਗੀ ਵਾਲਿਆ ਪੰਥ ਦਿਆ, ਮਾਲਕਾ ਹੋਟਾ ਤੇਰੀਆ। ਹੱਲਾ ਬੋਲਿਆ ਬੰਦਾ ਸਿੰਘ ਸ਼ੇਰ ਨੇ, ਗੁਰੂ ਮਾਰੀ ਸਰਹੰਦ ਉੱਤੇ ਤਾ, ਤੂੰ ਚੰਡੀਆਂ ਮੈਂ ਆਨੋ ਰਤ ਪੀਣੀਆਂ, ਉਹ ਵੀਰਨ ਮੇਰਿਓ ਸਭ ਵੀ ਮੇਲੇ ਹੋਣਗੇ, ਬਈਏ ਸਜਹੰਦ ਉਹ ਪੈੜਾ ਕੂੜੀਆਂ। ਤੂੰ ਚੰਡੀਆਂ ਮੈਂ ਆਨੋ ਰਤ ਪੀਣੀਆਂ, ਬਹੁਤ ਜੰਗ ਦਾ ਬਹਾਦਰ ਅਣੁਚਾ, ਟੁੱਟੀ ਬਾਜ ਜਿਵੇਂ ਚਿੜੀਆਂ ਦੀ ਡਾਰ ਤੇ, ਟੁੱਟੀ ਬਾਜ ਜਿਵੇਂ ਚਿੜੀਆਂ ਦੀ ਡਾਰ ਤੇ, ਉਸੇ ਤਰ੍ਹਾਂ ਦਿੱਤੇ ਚਪਟ ਚੁਲਾ, ਚੌਹਾਂ ਪਾਸਿਆਂ ਤੋਂ ਹੋ ਕੇ ਹੱਲਾ ਬੋਲਿਆ ਉਹ ਵਿਚਲੇ ਮੈਦਾਨ ਦੇ, ਚੌਹਾਂ ਪਾਸਿਆਂ ਤੋਂ ਹੋ ਕੇ ਹੱਲਾ ਬੋਲਿਆ, ਸਾਰੇ ਰੁਕ ਲੈ ਚੋ ਫੇਰਿਆ ਤੋਰਾ, ਹੇੜਾ ਭਰ ਕੇ ਬਰੂਦ ਖੂਨੀ ਕੰਧ ਦੇ, ਹੇੜਾ ਭਰ ਕੇ ਬਰੂਦ ਖੂਨੀ ਕੰਧ ਦੇ, ਦਿੱਤੀ ਅੱਟਣ ਵਾਲੀ ਅੱਟ ਖੜੇ ਕਾ, ਸੁੱਚਾ ਨੰਦ ਤੇ ਵਜੀਤਾ ਦੋਨੋਂ ਫੜ ਲੈ ਗੁਰਾਂ ਦੇ ਲਾਲ ਨੇ। ਬਹੁਤ ਵਧੀਆ। ਤੇ ਵੱਡੇ ਹੋ ਕੇ ਕੀ ਬਣਨਾ ਜ਼ਿੰਦਗੀ 'ਚ? ਟੀਚਰ। ਤੇ ਤੁਸੀਂ ਵੱਡੇ ਹੋ ਕੇ ਕੀ ਬਣਨਾ? ਬਾਹਰ ਜਾਣਾ। ਬਾਹਰ ਜਾਣਾ, ਚਲੋ ਵਧੀਆ ਗੱਲ ਆ। ਲੈ ਜਾਓ ਭਾਈ ਆ ਜਿਹੜੇ ਇੱਧਰ ਉਰੇ ਖੜੇ ਦੀ ਪਹਿਲਾਂ ਜਵਾਕ 'ਚ ਕਹਿ ਕੇ ਗਈ, ਆ ਭੈਣ ਨੂੰ ਵੀ ਲੈ ਜਾਓ ਨਾਲੇ ਚੜ੍ਹ ਕੇ, ਜ਼ੋਰਦਾਰ ਤਾੜੀਆਂ ਨਾਲ ਲਈ, ਥੈਂਕ ਯੂ। ਸੋ ਹਾਂਜੀ ਛੋਟੇ ਛੋਟੇ ਬੱਚਿਆਂ ਦਾ ਗਿੱਧਾ ਦਿਖਾਵਾਂਗੇ ਤੁਹਾਨੂੰ। ਸੋ ਤਿਆਰ ਹੋ ਪੁੱਤ ਗਿੱਧਾ ਪਾਉਣ ਲਈ? ਯੈਸ ਸਰ। ਵੈਰੀ ਗੁੱਡ। ਸੋ ਪੋਜੀਸ਼ਨ ਲੈ ਲਓ ਤੁਸੀਂ। ਉਰੀ ਉਰੀ ਹੈ ਦਿਲ ਸ਼ਗਨਾਂ ਦੇ, ਨੱਚ ਜਾ ਜਾਦੂਰੀ
ਤਿਆਰ ਕਰਾਇਆ ਸੀ ਸਵਰਨਦੀਪ ਮੈਮ ਨੇ ਸਵਰਨਦੀਪ ਮੈਮ ਲਈ ਤੇ ਇਹਨਾਂ ਬੱਚਿਆਂ ਲਈ ਜ਼ੋਰਦਾਰ ਤਾੜੀਆਂ ਬਹੁਤ ਪਿਆਰਾ ਡਾਂਸ ਥੈਂਕ ਯੂ ਪੁੱਤਾ ਹਾਂਜੀ ਨਾਮ ਕੀ ਹੈ ਤੁਹਾਡਾ ਸਰ ਮਨਵਿੰਦਰ ਸਿੰਘ ਮਨਵਿੰਦਰ ਸਿੰਘ ਕੀ ਕਰਕੇ ਦਿਖਾਓਗੇ ਸਤਸੰਗ ਸਤਸੰਗ ਵਾਟ ਇਜ਼ ਦ ਸੌਂਗ ਸੌਂਗ ਕਿਹੜਾ ਗਾਓਗੇ ਬ੍ਰੋ ਸਰ ਡੀਅਰ ਮੰਮਾ ਸਰ ਸਿੱਧੂ ਮੂਸੇਵਾਲੇ ਦਾ ਯਾ ਸਿੱਧੂ ਮੂਸੇਵਾਲਾ ਬ੍ਰਾ ਸਾਡਾ ਜ਼ੀਓ ਮੰਮਾ ਪਹਿਲਾਂ ਗਾਣਾ ਸੁਣਦੇ ਆ ਫਿਰ ਆਪਾਂ ਗੱਲਬਾਤ ਕਰਦੇ ਆ ਠੀਕ ਹੈ ਆਉਣ ਦੇ ਭਰਾ ਕਦੇ ਸੂਰਜ ਵਾਂਗੂ ਤਪਦਾ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾਇਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾਇਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾਇਆ ਕਈ ਵਾਰੀ ਬਾਪੂ ਵਾਂਗੂ ਦੁਨੀਆ 'ਤੇ ਹਰਖ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਕਈ ਕਹਿੰਦੇ ਆਹਾ ਚਿਹਰਾ ਕਹਿੰਦੇ ਆਹਾ ਚਿਹਰਾ ਜਮਾਂ ਤੇਰੇ ਚਿਹਰੇ ਵਰਗਾਇਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾਇਆ ਗਾਣਾ ਸੋਹਣਾ ਆਵਾਜ਼ ਸੋਹਣੀ ਹੈ ਤਰੀਕਾ ਬਹੁਤ ਸੋਹਣਾ ਪਰ ਸੈੱਲ ਪਤਾ ਨਹੀਂ ਕਿਉਂ ਐਂ ਜੇ ਕਰੀ ਜਾਂਦੇ ਇਹਦੇ ਬਿੰਦ ਐਂ ਜੇ ਬਾਹਲਾ ਕਰਦੇ ਕੀ ਚੱਕਰ ਇਹ ਗਾਣਾ ਸੋਹਣਾ ਤੁਹਾਡਾ ਆਵਾਜ਼ ਹੀ ਬਹੁਤ ਸੋਹਣੀ ਸੀ ਐਂ ਆਹ ਕਦੋਂ ਮਤਲਬ ਅੱਚ ਬੀਜ ਲੱਗੀ ਪਈ ਹੈ ਸਰੀਰ ਨੂੰ ਇਹਨੂੰ ਫੜ ਖੜ ਜਾ ਪੁੱਤ ਇੱਕ ਵਾਰੀ ਜੇ ਤੈਨੂੰ ਰੋਕਣਾ ਹੋਵੇ ਐਂ ਇੱਕ ਮਿੰਟ ਲਈ ਖੜ ਜਾਏਗਾ ਹੱਲ ਫੇਰ ਕਹਿੰਦਾ ਹਾਂਜੀ ਕਹਿੰਦਾ ਵੱਡਾ ਹੋ ਕੇ ਕੀ ਬਣਨਾ ਸਰ ਆਰਮੀ ਆਫਿਸਰ ਉੱਥੇ ਨਹੀਂ ਪੁੱਤ ਉਹ ਤਾਂ ਜੇ ਐਂ ਜੇ ਖੜਾ ਤਾਂ ਉਹਨਾਂ ਨੇ ਐਂ ਖੜਨਾ ਪੈਂਦਾ ਹੁੰਦਾ ਉੱਥੇ ਜੇ ਐਂ ਜੇ ਕਰਕੇ ਤੇਰੇ ਡਾਂਗ ਮਾਰਨ ਗੇਟਿਆਂ ਦੇ ਉਹ ਇੰਨੀ ਹਿੱਲ ਜੁੱਲ ਕਿਉਂ ਆ ਸਰੀਰ 'ਚ ਚੱਲ ਖੜ ਕੇ ਗੱਲਾਂ ਕਰਨੀ ਸਾਰੀਆਂ ਠੀਕ ਹੈ ਹਿੱਲੀ ਨਾ ਹਿੱਲੇ ਕੇ ਭਾਜੇ ਮੁੱਕੀਆਂ ਪੈਣਗੀਆਂ ਤੇਰੇ ਕੋਲ ਤੁਹਾਨੂੰ ਉਸੇ ਕੁੱਟੂੰਗਾ ਮੈਂ ਠੀਕ ਹੈ ਪਰਿਵਾਰ 'ਚ ਕੌਣ ਹਾਏ ਜੀ ਕੀ ਕਰੀ ਜਾਂਦੇ ਨਾਮ ਪਰਿਵਾਰ 'ਚ ਕੌਣ ਕੌਣ ਹੈ ਘਰੇ ਹੱਥ ਅਸੀਂ ਬਹੁ ਹਾਂ ਹੱਥ ਜਿਵੇਂ ਹੈਗੇ ਇੱਥੋਂ ਹਿੱਲਣਾ ਨਹੀਂ ਇੱਥੋਂ ਹਿੱਲਣਾ ਨਹੀਂ ਇੱਥੇ ਐਂ ਖੜ ਕੇ ਹੀ ਦੱਸਣਾ ਘਰੇ ਕੌਣ ਕੌਣ ਹੈ ਪਰਿਵਾਰ 'ਚ ਸਾਡੇ ਮੰਮਾ ਪਾਪਾ ਠੀਕ ਹੈ ਸਾਡੇ ਸਿਸਟਰਸ ਪੈਰ ਹਿੱਲਦੇ ਨੇ ਤੇਰੇ ਡਾਂਗ ਲਿਆ ਉਰੋਂ ਬਸ ਪਾਪਾ ਕੀ ਕੰਮ ਖੜਦੇ ਆ ਬਰੋ ਸਰ ਫਾਰਮਰ ਆ ਜੀ ਵੈਰੀ ਗੁੱਡ ਫਿਰ ਇਹ ਅੱਛਾ ਹੁਣ ਸਮਝ ਗਿਆ ਮੈਂ ਐਂ ਕਿਉਂ ਕਰਦਾ ਇਹ ਖੇਤ ਖੂਦ ਜਾਂਦਾ ਵੱਟਾਂ ਉੱਪਰ ਦੀਆਂ ਐਂ ਜਾਂਦੇ ਹੁੰਦੀਆਂ ਐਂ ਜੀ ਕਰਦੇ ਵੀ ਪੈਰ ਨਾ ਸਲਿੱਪ ਹੋ ਜੇ ਇਹ ਉਹ ਗੁਣ ਆ ਗਿਆ ਚ ਚਲੋ ਵੈਰੀ ਗੁੱਡ ਪਰਮਾਤਮਾ ਕਰੇ ਚੜ੍ਹਦੀ ਕਲਾ 'ਚ ਰਵੇ ਹੱਸਦਾ ਵੱਸਦਾ ਰਵੇ ਠੀਕ ਹੈ ਜ਼ੋਰਦਾਰ ਤਾੜੀਆਂ ਭਰਾ ਲਈ ਥੈਂਕ ਯੂ ਸੋ ਹਾਂਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਬੱਚਿਆਂ ਦਾ ਗਿੱਧਾ ਅਤੇ ਉਸ ਤੋਂ ਬਾਅਦ ਆਪਾਂ ਟੀਚਰਸ ਨੂੰ ਬੁਲਾਵਾਂਗੇ ਇੱਥੇ ਸੋ ਹਾਂਜੀ ਬੇਟਾ ਰੈਡੀ ਠੀਕ ਹੋ ਚਲੋ ਹਾਂਜੀ ਆ ਜਾਓ ਆ ਲਓ ਤੁਸੀਂ ਮਾਈਕ ਪੈਣ
ਕਿਹਨੇ ਤਿਆਰ ਕਰਾਇਆ ਸੀ ਤੁਹਾਡਾ ਡਾਂਸ? ਮਨਪ੍ਰੀਤ ਮੈਡਮ ਤੇ ਨਿਊ ਸ਼ਮਾ। ਮਨਪ੍ਰੀਤ ਮੈਮ? ਨਿਊ ਸ਼ਮਾ ਮੈਮ। ਨਿਊ ਸ਼ਮਾ? ਨਿਊ ਸ਼ਮਾ? ਹਾਂਜੀ ਨਿਊ ਸ਼ਮਾ। ਨਾਮ ਵੀ ਐਂ ਆਉਣ ਲੱਗ ਗਿਆ ਨਾ, ਪਹਿਲਾਂ ਉਹ ਤਾਂ ਸੁਣਿਆ ਸੀਗਾ ਸ਼ਹਿਰਾਂ ਦਾ ਨਾਮ ਨਾ ਵੀ ਨਿਊ ਦਿੱਲੀ ਹੈ ਨਾ, ਨਿਊ ਫਲਾਣਾ। ਸੋ ਅੱਜ ਕੱਲ੍ਹ ਨਾਮ ਵੀ ਆਉਣ ਲੱਗ ਗਏ ਨਿਊ ਸ਼ਮਾ ਮੈਮ, ਕਿਆ ਬਾਤ ਹੈ। ਸੋ ਥੈਂਕ ਯੂ ਮੈਮ ਬੱਚਿਆਂ ਨੂੰ ਤਿਆਰ ਕਰਵਾਉਣ ਲਈ ਜੀ, ਅਤੇ ਬੱਚੇ ਬਹੁਤ ਜ਼ਿਆਦਾ ਨੇ ਜੀ, ਅਤੇ ਆਪਾਂ ਜੇ ਟਾਈਮ ਲਾਵਾਂਗੇ ਇਕੱਲੇ ਇਕੱਲੇ ਪੁੱਛਣ ਦਾ ਤਾਂ ਇੱਕ ਐਪੀਸੋਡ ਏ ਬਣ ਜਾਣਾ। ਸੋ ਜ਼ੋਰਦਾਰ ਤਾੜੀਆਂ, ਬਹੁਤ ਪਿਆਰਾ ਡਾਂਸ ਇਹਨਾਂ ਦਾ, ਭੈਣਾਂ ਦਾ। ਥੈਂਕ ਯੂ ਵੀਰੇ, ਥੈਂਕ ਯੂ। ਸੋ ਹਾਂਜੀ, ਛੋਟੇ ਛੋਟੇ ਬੱਚਿਆਂ ਨਾਲ ਆਪਾਂ ਮਸਤੀ ਕੀਤੀ, ਪੂਰੀ ਇੰਜੋਏ ਪੂਰਾ ਕੀਤਾ। ਸੋ ਅੱਜ ਅਸੀਂ ਆਏ ਹੋਏ ਸੀ ਦਸਮੇਸ਼ ਕੌਨਵੈਂਟ ਸਕੂਲ ਭਾਣਾ, ਅਤੇ ਡਿਸਟ੍ਰਿਕਟ ਪੈਂਦੇ ਫਰੀਦਕੋਟ। ਬਹੁਤ ਇੰਜੋਏ ਕੀਤਾ ਬੱਚਿਆਂ ਨਾਲ, ਸਾਰੇ ਬੱਚਿਆਂ ਨਾਲ ਗੱਲਾਂ ਬਾਤਾਂ ਹੋ ਚੁੱਕੀਆਂ ਨੇ ਸਾਡੀਆਂ, ਅਤੇ ਲਾਸਟ ਦੇ ਵਿੱਚ ਜਿਹੜੀ ਟੀਚਰਸ ਨਾਲ, ਸਟਾਫ ਨਾਲ, ਮੈਨੇਜਮੈਂਟ ਟੀਮ ਨਾਲ ਆਪਾਂ ਗੱਲਬਾਤ ਕਰਨੀ ਹੁੰਦੀ, ਸੋ ਉਹ ਆਪਾਂ ਕਰਾਂਗੇ। ਅਤੇ ਉਹਨਾਂ ਤੋਂ ਬਾਅਦ ਆਪਾਂ ਅੱਧੀ ਛੁੱਟੀ ਸਾਰੀ ਗਾਣਾ ਚੱਲੂਗਾ, ਅਤੇ ਆਪਣਾ ਉਸ ਤੋਂ ਬਾਅਦ ਸਾਰੇ ਬੱਚੇ ਆਪਾਂ ਡਾਂਸ ਕਰਾਂਗੇ, ਇੰਜੋਏ ਕਰਾਂਗੇ। ਹਰ ਸ਼ੁੱਕਰਵਾਰ ਨੂੰ MH1 'ਤੇ ਜ਼ਰੂਰ ਦੇਖਿਆ ਕਰੋ ਜੀ, ਅੱਧੀ ਛੁੱਟੀ ਸਾਰੀ। ਅਤੇ ਜੇਕਰ ਤੁਸੀਂ ਵੀ ਚਾਹੁੰਦੇ ਤੁਹਾਡੇ ਸਕੂਲਾਂ ਵਿੱਚ ਆਈਏ, ਸਾਡੇ ਨਾਲ ਟਾਈਅਪ ਕਰੋ, ਕੰਟੈਕਟ ਕਰੋ, ਤੁਹਾਡੇ ਸਕੂਲਾਂ ਵਿੱਚ ਵੀ ਆਵਾਂਗੇ, ਇੰਜੋਏ ਕਰਾਂਗੇ। ਸੋ ਜ਼ੋਰਦਾਰ ਤਾੜੀਆਂ ਨਾਲ ਔਰ ਸਟਾਫ, ਮੈਨੇਜਮੈਂਟ ਟੀਮ। ਸੋ ਪਲੀਜ਼ ਸਰ, ਇਹ ਇੱਕ ਬੱਚਾ ਰਹਿ ਗਿਆ ਸੀ ਪਰਫੋਰਮੈਂਸ ਵਾਲਾ, ਸੋਹਣੇ ਬਹੁਤ ਸੋਹਣਾ ਬਾਬਾ ਜੀ ਦੀ ਫੋਟੋ ਬਣਾਈ ਹੈ। ਸੋ ਪੁੱਤ ਆ ਜਾਓ ਪਲੀਜ਼। ਸੋ ਜ਼ੋਰਦਾਰ ਤਾੜੀ ਇਸ ਭੈਣ ਲਈ, ਵਾਹ ਕਿਆ ਬਾਤ, ਕਿਆ ਬਾਤ ਹੈ, ਕਿਆ ਬਾਤ ਹੈ। ਸੋ ਬਾਬਾ ਜੀ ਦੇ ਦਰਸ਼ਨ ਕਰੋ ਜੀ, ਸਾਰੇ ਬੱਚੇ, ਸਾਰੇ ਭਰਾ ਸਾਡੇ, ਬਹੁਤ ਪਿਆਰੀ ਬੱਚੇ ਨੇ ਇਹ ਬਣਾਈ ਹੈਗੀ ਹੈ। ਸੋ ਬੇਟੇ ਕਿੰਨੇ ਟਾਈਮ ਤੋਂ ਤੁਸੀਂ ਇਹ ਡਰਾਇੰਗ ਜਿਹੜੇ ਕਰਦੇ ਹੋ? 4 hours। ਤੁਸੀਂ ਇਹ 4 ਘੰਟੇ 'ਚ ਤਿਆਰ ਕਰ ਦਿੰਦੇ ਹੋ? ਇਹ ਤੁਸੀਂ ਅੱਜ ਬਣਾਈ ਹੈ? ਨਹੀਂ ਸਰ, ਕੱਲ੍ਹ। ਕੱਲ੍ਹ ਬਣਾਈ ਸੀ। ਸੋ ਵੈਰੀ ਗੁੱਡ, ਪਰਮਾਤਮਾ ਕਰੇ ਪੁੱਤ ਚੜ੍ਹਦੀ ਕਲਾ 'ਚ ਤੁਸੀਂ ਰਵੋ, ਹੈ ਨਾ, ਅਤੇ ਅੱਗੇ ਜਾ ਕੇ ਤੁਸੀਂ ਹੋਰ ਵੱਡੇ ਲੈਵਲ 'ਤੇ ਇਹ ਜਿਹੜਾ ਹੈਗਾ ਪੋਰਟਰੇਟ ਬਣਾਓ, ਹੈ ਨਾ। ਸੋ ਪਰਮਾਤਮਾ ਕਰੇ ਚੜ੍ਹਦੀ ਕਲਾ 'ਚ ਰਵੋ, ਅਤੇ ਜ਼ੋਰਦਾਰ ਤਾੜੀਆਂ ਇਸ ਭੈਣ ਲਈ। ਸੋ ਪੁੱਤਰ ਆਹ ਉੱਥੇ ਨਾਲ ਲੈ ਜਾਓ, ਅਤੇ ਠੀਕ ਹੈ, ਓਕੇ, ਗੋਡ ਬਲੈਸ ਜੀ ਪੁੱਤਰ, ਲਗਾਓ, ਆ ਜਾਓ। ਸੋ ਹਾਂਜੀ, ਆਪਾਂ ਹੁਣ ਇੱਕ ਇੱਕ ਕਰਕੇ ਸਟਾਫ ਮੈਂਬਰ ਨਾਲ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਚੇਅਰਮੈਨ ਸਰ, ਜੋ ਜ਼ੋਰਦਾਰ ਤਾੜੀਆਂ ਸਰ, ਪਲੀਜ਼ ਤੁਸੀਂ ਅੱਗੇ ਆਓ ਜੀ। ਸੋ ਬਹੁਤ ਪਿਆਰਾ ਲੱਗਿਆ ਜੀ ਤੁਹਾਡਾ ਸਕੂਲ, ਅਤੇ ਬੱਚੇ ਬੜੇ ਪਿਆਰੇ ਸੀ, ਅਤੇ ਪਰਫੋਰਮੈਂਸ ਆ ਬਾਕਮਾਲ ਸੀ ਸਾਰਿਆਂ ਦੀਆਂ। ਸੋ ਦੋ ਸ਼ਬਦ ਤੁਸੀਂ ਵੀ ਸਕੂਲ ਬਾਰੇ। ਸੋ ਬਿਲਡਿੰਗ ਬਹੁਤ ਪਿਆਰੀ ਤੁਹਾਡੇ ਸਕੂਲ ਦੀ ਜਿਹੜੀ ਲੱਗੀ ਸਾਨੂੰ, ਅਤੇ ਬਹੁਤ ਜ਼ਿਆਦਾ ਪਿਆਰੀ ਸਾਨੂੰ ਲੱਗੀ। ਸੋ ਪਲੀਜ਼ ਤੁਸੀਂ 2 ਸ਼ਬਦ ਸਕੂਲ ਲਈ। ਹਾਂਜੀ, ਥੈਂਕ ਯੂ ਜੀ। ਸਭ ਤੋਂ ਪਹਿਲਾਂ ਅਸੀਂ ਦਸ਼ਮੇਸ਼ ਕੌਨਵੈਂਟ ਸਕੂਲ ਵਿੱਚ MH1 ਦੀ ਅੱਧੀ ਛੁੱਟੀ ਸਾਰੀ ਦੀ ਸਮੁੱਚੀ ਟੀਮ ਨੂੰ ਜੀ ਆਇਆਂ ਆਖਦੇ ਹਾਂ, ਥੈਂਕ ਯੂ, ਅਤੇ ਥੈਂਕਸ ਕਰਦੇ ਹਾਂ। ਸਪੈਸ਼ਲ ਥੈਂਕਸ ਅੱਧੀ ਛੁੱਟੀ ਸਾਰੀ ਦੇ ਔਰਗਨਾਈਜ਼ਰ ਸ਼੍ਰੀ ਵਿਪਨ ਜੋਸ਼ੀ ਜੀ, ਥੈਂਕ ਯੂ ਸਰ, ਜੱਸੀ ਜੀ, ਜਸ਼ਨ ਜੀ, ਲਖਵੀਰ ਜੀ, ਬਲਜੀਤ ਜੀ, ਸਾਰਿਆਂ ਨੇ ਥੈਂਕਸ ਕਿ ਇਹ ਸਾਡੇ ਕੋਲ, ਸਾਡੀ ਫਰੀਦਕੋਟ ਜ਼ਿਲ੍ਹੇ ਦੀ ਬਾਬਾ ਫਰੀਦ ਦੇ ਵਰਸੋਈ ਧਰਤੀ 'ਤੇ ਪਿੰਡ ਭਾਣਾ ਵਿਖੇ ਪਹੁੰਚੇ ਹੈ। ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਬੱਚਿਆਂ ਨੂੰ ਇਹਨਾਂ ਨੇ ਖੁਸ਼ੀਆਂ ਸਾਂਝੀਆਂ ਕੀਤੀਆਂ। ਖੁਸ਼ੀ ਤਾਂ ਥੋੜ੍ਹੇ ਪਲ ਹੀ ਬਹੁਤ ਹੁੰਦੀ ਹੈ, ਪਰ ਇਹਨਾਂ ਨੇ ਜਿੰਨਾ ਸਮਾਂ ਵੀ ਸਾਡੇ ਨਾਲ ਬੱਚਿਆਂ ਇੰਜੋਏ ਕੀਤਾ, ਸਾਰੇ ਬੱਚੇ ਇੰਨੇ ਖੁਸ਼ ਹੋਏ ਕਿ ਪਰਮਾਤਮਾ ਇਹਨਾਂ ਸਮੁੱਚੀ ਟੀਮ ਨੂੰ ਵੀ ਚੜ੍ਹਦੀ ਕਲਾ ਰੱਖੇ, ਅਤੇ ਪਰਮਾਤਮਾ ਇਹਨਾਂ ਬੱਚਿਆਂ ਨੂੰ ਵੀ ਚੜ੍ਹਦੀ ਕਲਾ ਰੱਖੇ ਕਿ ਇਹਨਾਂ ਨੇ, ਸਮੁੱਚੀ ਟੀਮ ਨੇ ਆ ਕੇ ਬੱਚਿਆਂ ਦਾ ਜਿਹੜਾ ਰੰਗ ਪ੍ਰੋਗਰਾਮ ਔਰਗਨਾਈਜ਼ ਕੀਤਾ। ਅਤੇ ਮੈਂ ਸਕੂਲ ਬਾਰੇ ਦੱਸਣਾ ਚਾਹੁੰਦਾ ਕਿ ਪਿੰਡ ਭਾਣਾ ਫਰੀਦਕੋਟ ਜ਼ਿਲ੍ਹੇ ਦੇ 6 ਕਿਲੋਮੀਟਰ ਦੂਰੀ 'ਤੇ ਸਥਿਤ ਹੈ, ਅਤੇ ਇਹ ਪਹਿਲਾਂ ਦਸ਼ਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਪੰਜਾਬ ਬੋਰਡ ਦਾ ਅਸੀਂ ਚੱਲ ਰਿਹਾ ਸੀ ਸਮੁੱਚੇ ਕੈਂਪਸ ਦੇ ਵਿੱਚ, ਇਹ ਹੁਣ ਅਸੀਂ ਪਿਛਲੇ ਸਾਲ ਤੋਂ ਦਸ਼ਮੇਸ਼ ਕੌਨਵੈਂਟ ਸਕੂਲ ਜੋ ICSE ਪੈਟਰਨ ਦਾ ਚਲਾਇਆ ਹੈ। ਹਾਂਜੀ, ਇਸ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਕਰੋਨਾ ਦੌਰਾਨ ਬਿਲਡਿੰਗ ਬਹੁਤ ਅੱਛੀ ਬਣੀ ਹੈ, ਅਤੇ ਸਾਰਿਆਂ ਨੇ ਸਲਾਹ ਦੇ ਰਹੇ ਹੈ। ਅਤੇ ਅੱਜ ਸਾਨੂੰ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਫੈਬ ਸੰਸਥਾਵਾਂ ਵੱਲੋਂ ਅੱਜ ਦਸ਼ਮੇਸ਼ ਕੌਨਵੈਂਟ ਸਕੂਲ ਨੂੰ ਬੈਸਟ ਇਨਫਰਾਸਟ੍ਰਕਚਰ ਦਾ ਅਵਾਰਡ ਮਿਲਣ ਜਾ ਰਿਹਾ ਹੈ। ਕਿਆ ਬਾਤ, ਉਸਦੇ ਵੀ ਅਸੀਂ ਬੜੇ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੈ। ਅਤੇ ਮੈਂ ਥੈਂਕਸ ਕਰਦਾ ਹਾਂ ਕਿ ਸਮੁੱਚੀ ਟੀਮ ਸਾਡੇ ਦਰਮਿਆਨ ਜੋ ਪਹੁੰਚੀ ਹੈ, ਸਾਡਾ ਸਾਰਾ ਹੀ ਸਟਾਫ, ਉਹਨਾਂ ਦਾ ਥੈਂਕਸ ਹੈ ਕਿ ਉਹਨਾਂ ਨੇ ਸਾਰੇ ਬੱਚਿਆਂ ਨੂੰ ਇੰਨੀ ਵਧੀਆ ਤਿਆਰੀ ਕਰਵਾਈ ਹੈ। ਅਤੇ ਸਕੂਲ ਦੇ ਸਰਪ੍ਰਸਤ ਸਰਦਾਰ ਰਮੇਰ ਸਿੰਘ ਧਾਲੀਵਾਲ ਸਾਡੇ ਵਿੱਚ ਬਿਰਾਜਮਾਨ ਹੈ, ਉਹਨਾਂ ਦੀ ਸਰਪ੍ਰਸਤੀ ਹੇਠ ਸਾਰਾ ਇਹ ਕੰਮ ਜਿਹੜਾ ਕਾਰੋਬਾਰ ਚੱਲ ਰਿਹਾ ਹੈ। ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਕੂਲ ਨੂੰ ਅਤੇ ਸਮੁੱਚੀ MH1 ਦੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਥੈਂਕ ਯੂ ਸਰ, ਜ਼ੋਰਦਾਰ ਤਾਰੇ ਸਰ, ਥੈਂਕ ਯੂ ਸਰ। First of all, namaskar and sat sri akal to all. Thank you. I want to thank you, the team of Addi Chutti Sari, and especially to Vipin Joshi ji. Thank you, ma'am. I want to welcome on the behalf of the Dashmesh Convent School Pana. Aaj bachiyan nu khush dekh ke lagda hai ki eh sara credit jo hai Addi Chutti Sari walyan nu janda hai ki lockdown to baad oh jehdi smile si kho gayi si bachiyan de chehre to
अज साफ झलक रही है उन्होंने जिहड़े चेहरे है बड़े प्लम करते पे है रोजी दी तरह खिले हुए है तो मेरे जिहड़ी मैनेजमेंट है ग्रेट मैनेजमेंट है जो हमेशा साढ़े पिछे खड़ी रहती है सानू मोटिवेट करने लिए मेरी जो टीम है वह बहुत ही वंडरफुल है तो सारे की कोऑपरेशन नाल साड़ी ये कोशिश है कि साड़ा ये स्कूल दिन दोगनी ते रात चौगनी तरक्की करे ते हमेशा चढ़दी कला विच रवे थैंक यू मैम दो बोलियां बहुत लगे हैं ते उम्मीद करता है कि सारे ही मेरा साथ दें ਸੱਸ ਮੇਰੀ ਦਾ ਰੂਪ ਸੋਹਣਾ ਸੱਸ ਮੇਰੀ ਦਾ ਰੂਪ ਸੋਹਣਾ ਰਾਜਾਂਦਿਆਂ ਨੂੰ ਟੰਗੇ ਸੱਸ ਮੇਰੀ ਦਾ ਰੂਪ ਸੋਹਣਾ ਰਾਜਾਂਦਿਆਂ ਨੂੰ ਟੰਗੇ ਤੈਨੂੰ ਦੇਖਣ ਨੂੰ ਬਾਬਾ ਐਣਕਾਂ ਮੰਗੇ ਤੈਨੂੰ ਦੇਖਣ ਹਾਂਜੀ ਭਾਬੀ ਆਖਦੀ ਦਿਓਰ ਦੇ ਤਾਈਂ ਕੀ ਸੱਪ ਲੜ ਗਿਆ ਤੇਰੇ ਭਾਬੀ ਆਖਦੀ ਦਿਓਰ ਦੇ ਤਾਈਂ ਕੀ ਸੱਪ ਲੜ ਗਿਆ ਤੇਰੇ ਭੈਣ ਮੇਰੀ ਨਾਲ ਵਿਆਹ ਕਰਵਾ ਲੈ ਭੈਣ ਮੇਰੀ ਨਾਲ ਵਿਆਹ ਕਰਵਾ ਲੈ ਬਣ ਜਾ ਬਣ ਕੇ ਟੁੱਕ ਜਾ ਸੇਰੇ ਜੇ ਉਹ ਮਰ ਗਈ ਵੇ ਵਿੱਚ ਬੋਲੂ ਵਾਹ ਜੀ ਵਾਹ ਕਿਆ ਪਤਾ ਮਾਹੌਲ ਬਣਦਾ ਤੁਸੀਂ ਸਾਰਾ ਹੈ ਨਾ ਕਿਆ ਪਤਾ ਥੈਂਕ ਯੂ ਸਰ ਥੈਂਕ ਯੂ ਪਹਿਲਾਂ ਤਾਂ ਅੱਧੀ ਛੁੱਟੀ ਦੀ ਸਾਰੀ ਟੀਮ ਜਿਹੜੀ ਸਕੂਲ 'ਚ ਪਹੁੰਚੀ ਹੈ ਉਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਬੱਚੇ ਜਿਹੜੇ ਸਾਰੇ ਇੰਨੇ ਖੁਸ਼ ਹੈ ਔਰ ਮੇਰਾ ਸੀਗਾ ਕਿ ਮੈਂ ਨਾ ਬੋਲਾਂ ਬਟ ਇਹ ਹੈ ਬੱਚਿਆਂ ਦੇ ਨਾਲ ਹੀ ਰਿਲੇਟਡ ਇੱਕ ਗੀਤ ਲਿਖਿਆ ਸੀਗਾ ਬਹੁਤ ਦੇਰ ਪਹਿਲਾਂ ਦਾ ਅਤੇ ਉਹੀ ਮੈਂ ਸੁਣਾ ਦਿੰਦਾ ਉਹ 'ਚੋਂ ਦੋ ਟੱਪੇ ਰੱਜ ਕੇ ਖਾਣਾ ਰੱਜ ਕੇ ਸੋਣਾ ਰੱਜ ਕੇ ਖਾਣਾ ਰੱਜ ਕੇ ਸੋਣਾ ਰੱਜ ਕੇ ਲੜਨਾ ਰੌਲਾ ਪਾਉਣਾ ਰੱਜ ਕੇ ਖਾਣਾ ਰੱਜ ਕੇ ਸੋਣਾ ਰੱਜ ਕੇ ਲੜਨਾ ਰੌਲਾ ਪਾਉਣਾ ਅੱਜ ਵੀ ਮੇਰੀਆਂ ਉਮਰਾਂ ਯਾਰੋ ਉਹੀ ਗੱਲਾਂ ਭਾਲਦੀਆਂ ਨਹੀਂ ਲੱਭਣੀਆਂ ਕਿੱਧਰੋਂ ਮੌਜਾਂ ਬਚਪਨ ਨਾਲ ਦੀਆਂ ਕਿੰਨੇ ਸੋਹਣੇ ਉਹੀ ਪਲ ਸੀ ਕਿੰਨੇ ਸੋਹਣੇ ਉਹੀ ਪਲ ਸੀ ਨਾ ਕੋਈ ਝੂਠ ਕਪਟ ਕੋਈ ਛਲ ਸੀ ਭੁੱਖ ਮਜਬੂਰੀ ਭੁੱਖ ਹੀ ਹੱਲ ਸੀ ਮਾਂ ਦੀ ਛਾਤੀ ਤੱਕ ਸੀ ਮੰਜ਼ਲ ਅੱਜ ਵੀ ਮੇਰੀ ਉਮਰ 'ਚ ਉਹੀ ਉੱਠਣ ਗੱਲਾਂ ਉਸ ਸਵਾਲ ਦੀਆਂ ਨਹੀਂ ਲੱਭਣੀਆਂ ਕਿੱਧਰੋਂ ਮੌਜਾਂ ਬਚਪਨ ਨਾਲ ਦੀਆਂ ਨਹੀਂ ਲੱਭਣੀਆਂ ਕਿੱਧਰੋਂ ਮੌਜਾਂ ਬਚਪਨ ਨਾਲ ਅੱਜ ਦੀਆਂ ਰੌਣਕਾਂ ਜਿਹੜੀਆਂ ਲੱਗੀਆਂ ਸੀ ਜੀ ਉਹ ਲੱਗੀਆਂ ਸੀ ਦਸ਼ਮੇਸ਼ ਕੌਨਵੈਂਟ ਸਕੂਲ ਭਾਣਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਸੋ ਅਗਲੇ ਹਫ਼ਤੇ ਮਿਲਾਂਗੇ ਕਿਸੇ ਹੋਰ ਸਕੂਲ ਦੇ ਵਿੱਚ ਨਵੇਂ ਨਵੇਂ ਬੱਚਿਆਂ ਨਾਲ ਸੋ ਅੱਧੀ ਛੁੱਟੀ ਸਾਰਿਆਂ ਨੂੰ ਪਿਆਰ ਕਰਦੇ ਰਹੋ ਅਤੇ ਅੱਧੀ ਛੁੱਟੀ ਸਾਰੀ ਗਾਣਾ ਚੱਲੂਗਾ ਸੋ ਸਾਰੇ ਬੱਚੇ ਸਾਰੇ ਇੰਜੋਏ ਕਰਾਂਗੇ ਸੋ ਸਾਡੇ ਬਾਪੂ ਜੀ ਹੋਰੀ ਸਾਰਾ ਸਾਡਾ ਪਰਿਵਾਰ ਆਪਾਂ ਇੱਥੇ ਇੰਜੋਏ ਕਰਾਂਗੇ ਸੋ ਸਾਰੇ ਬੱਚੇ ਪਲੀਜ਼ ਆਰਾਮ ਨਾਲ ਨੀਚੇ ਉੱਤਰ ਕੇ ਆ ਜਾਓ ਅਤੇ ਗਾਣਾ ਲਾ ਦਿਓ ਜੀ ਅੱਧੀ ਛੁੱਟੀ ਸਾਰੀ